ਤਾਂ ਹਾਂਜੀ ਪਿਆਰੇ ਬੱਚੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਹੀ ਚੈਨਲ ਕਚੂਰਾ ਟਿਚ 2.0 ਦੇ ਬੱਚੇ ਲੈ ਕੇ ਆਏ ਆ ਜਮਾਤ 12ਵੀਂ ਵਾਲਿਆਂ ਵਾਸਤੇ ਸਵਾਗਤ ਜਿੰਨੇ ਕਿ ਦਾ ਪੇਪਰ ਜੋ ਕੀ ਤੁਹਾਡਾ 28 ਮਾਰਚ ਨੂੰ ਹੋਣ ਵਾਲਾ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਜੇਕਰ ਤੁਸੀਂ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖ ਲਿਆ ਤਾਂ ਤੁਹਾਡੇ 50 ਵਿੱਚੋਂ 50 ਆਉਣ ਲਈ ਕੋਈ ਵੀ ਵੈਰੀ ਸ਼ੈਤਾਨੀ ਸ਼ਕਤੀ ਕੰਮ ਨਹੀਂ ਕਰ ਸਕਦੀ ਕਿਉਂਕਿ ਤੁਹਾਡੇ 50 ਵਿੱਚ ਪਯਾ ਆ ਜਾਣਗੇ ਕਿਉਂਕਿ ਇਸ ਵੀਡੀਓ ਵਿੱਚ ਹੋਣ ਵਾਲਿਆ ਬਹੁਤ ਇੰਪੋਰਟੈਂਟ ਕੁਸ਼ਨ ਠੀਕ ਹੈ ਤੇ ਇਸ ਵੀਡੀਓ ਤੇ ਤੁਹਾਡੇ ਕੋਲ ਐਮਸੀਕਿਊ ਠੀਕ ਹੈ ਐਮਸੀਕਿਊ ਫਿਲ ਇਨਸ ਦ ਬਲੈਂਕਸ ਮੈਚਿੰਗ ਠੀਕ ਹੈ ਸਭ ਕਰਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਪੂਰਾ ਐਂਡ ਤੱਕ ਵੀਡੀਓ ਨੂੰ ਵਾਚ ਕਰ ਲੈਣਾ ਠੀਕ ਹੈ ਸਟਾਰਟ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਨਜੀਤ ਆਪਣੇ ਸਾਥੀ ਪਹਿਲਾ ਕੁਸ਼ਨ ਪੁੱਛਿਆ ਮਨਜੀਤ ਆਪਣੇ ਸਾਥੀ ਵਿਦਿਆਰਥੀਆਂ ਦਾ ਛੋਟੂ ਕਹਿਣ ਦੇ ਬਾਵਜੂਦ ਗੁੱਸਾ ਕਿਉਂ ਨਹੀਂ ਕਰਦਾ ਤਾਂ ਸਾਰੇ ਕੁਸ਼ਨ ਕਰਾਵਾਂਗੇ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਹੁਣ ਤੱਕ ਵੀਡੀਓ ਤੇ ਬਣੇ ਜਿਨ੍ਹਾਂ ਬੱਚਨ ਹਾਲੇ ਤੱਕ ਲਾਈਕ ਤਾ ਪਿਆਰੇ ਬੱਚੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਪਾਂ ਲਿਖਾਂਗੇ ਮਨਜੀਤ ਨਾਮ ਦਾ ਇੱਕ ਵਿਦਿਆਰਥੀ ਸੀ ਜਿਸ ਦਾ ਕੱਦ ਬਹੁਤ ਛੋਟਾ ਸੀ ਠੀਕ ਹੈ ਬਚਪਨ ਤੋਂ ਹੀ ਵਿਦਿਆਰਥੀ ਉਸ ਨੂੰ ਛੋਟੂ ਕਹੇ ਕਿ ਛੇੜਦੇ ਸਨ ਉਸ ਉਹ ਗੁੱਸੇ ਨਾਲ ਤੜ ਫੁੱਟਦਾ ਸੀ ਉਸ ਨੇ ਇੱਕ ਇੱਕ ਦਿਨ ਟੀਵੀ ਤੇ ਇੱਕ ਫਿਲਮ ਦੇਖੀ ਜੋ ਉਸ ਵਰਗੇ ਬੱਚੇ ਦੀ ਸੀ ਫਿਲਮ ਦੇ ਵਿੱਚ ਬੱਚੇ ਨੂੰ ਜੇ ਕੋਈ ਛੋਟੂ ਕਹਿ ਕ ਚੜਾਉਂਦਾ ਸੀ ਤਾਂ ਉਹ ਬੱਚਾ ਮੁਸਕਰਾਉਂਦਾ ਮੁਸਕਰਾਹ ਛੱਡਦਾ ਅਤੇ ਇਹ ਆਖਦਾ ਕਿ ਮੈਂ ਇੱਕ ਦਿਨ ਕੰਮ ਦਿਨ ਕੰਮ ਨਾਲ ਵੱਡਾ ਬਣਾ ਬਣਨਾ ਹੈ ਇਸ ਫਿਲਮ ਨੇ ਮਨਜੀਤ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਮਨਜੀਤ ਨੇ ਉਸ ਦਿਨ ਤੋਂ ਹੀ ਇਹ ਪ੍ਰਣ ਕਰ ਲਿਆ ਕਿ ਹੁਣ ਉਹ ਕਿਸੇ ਵੱਲ ਕਿਸੇ ਵੱਲੋਂ ਇਸ ਤਰ੍ਹਾਂ ਝੜਾਉਣ ਤੇ ਖਿੰਜੇਗਾ ਨਹੀਂ ਠੀਕ ਹੈ ਤੇ ਇਸ ਸੋਚ ਨੇ ਉਸ ਨੂੰ ਖੁਸ਼ ਮિજાਜ ਬਣਾ ਦਿੱਤਾ ਉਹ ਆਪਣੇ ਨਿਸ਼ਾਨੇ ਦੇ ਪ੍ਰਤੀ ਲਈ ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਪੁਸਤਕਾਂ ਵੀ ਪੜਦਾ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਣ ਲੱਗ ਪਿਆ ਠੀਕ ਹੈ ਅੱਗੇ ਅਧਿਆਪਕ ਵਾਲਾ ਕੱਟ ਕੇ ਤੇ ਬਸ ਇਹਨੇ ਯਾਦ ਕਰਨਾ ਬਹੁਤ ਵਧੀਆ ਤਰੀਕਾ ਨਾਲ ਇਹ ਕੁਸ਼ਨ ਕਰ ਲੋ ਕਿਉਂਕਿ ਇਹ ਕੁਸ਼ਨ ਵੈਰੀ ਵੈਰੀ ਇੰਪੋਰਟੈਂਟ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਕਰਾ ਰਿਹਾ ਇਹਨਾਂ ਵਿੱਚ ਤੁਹਾਡੇ 8 ਕੁਸ਼ਨ ਜਿਹੜੇ ਆਣੇ ਪੇਪਰ ਵਿੱਚ 8 ਵਿੱਚ ਕੋਈ ਤੁਸੀਂ 2 ਉਪਰਲੇ ਵਿੱਚ ਕਰਨੇ 2 ਥੱਲੇ ਵਿੱਚ ਕਰਨੇ ਤੇ ਦੋਨੋਂ ਹੀ 5-5 ਨੰਬਰ ਦੇ ਹੁੰਦੇ ਆ ਤੇ ਇਹਨਾਂ ਵਿੱਚੋਂ ਹੀ ਆ ਜਾਣੇ ਠੀਕ ਹੈ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵਾਚ ਕਰਨਾ ਜਿਹ ਨ ਸਬਸਕ੍ਰਾਈਬ ਕਰ ਲਓ ਠੀਕ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਕੂਲ ਲਈ ਕੀ ਕੀ ਕੀਤਾ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਹੇਠ ਲਿਖੇ ਕੰਮ ਸਕੂਲ ਲਈ ਕੀਤੇ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਕੂਲ ਵਿੱਚ ਜੋ ਵੀ ਨਿਯਮ ਬਣਾਏ ਗਏ ਹਨ ਉਹਨਾਂ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਇਹ ਲਾਗੂ ਕਰਦੇ ਹਾਂ ਠੀਕ ਹੈ ਦੂਜਾ ਪੁਆਇੰਟ ਲਿਖਾਂਗੇ ਅਸੀਂ ਸਕੂਲ ਵਿੱਚ ਲੱਗੇ ਪੇੜ ਪੌਦੇ ਫੁੱਲ ਪਾਰਕ ਦੀ ਦੇਖਭਾਲ ਕਰਦੇ ਹਾਂ ਅਤੇ ਪਾਣੀ ਦਿੰਦੇ ਹਾਂ ਤੀਜਾ ਪੁਆਇੰਟ ਲਿਖਾਂਗੇ ਅਸੀਂ ਸਕੂਲ ਵਿੱਚ ਖੇਡਾਂ ਦੇ ਸਮਾਨ ਨੂੰ ਸਹੀ ਸਲਾਮਤ ਖੇਡਣ ਤੋਂ ਬਾਅਦ ਰੱਖ ਦਿੰਦੇ ਹਾਂ ਚੌਥਾ ਪੁਆਇੰਟ ਲਿਖਾਂਗੇ ਅਸੀਂ ਸਕੂਲ ਵਿੱਚ ਲੱਗੇ ਪਾਣੀ ਲੱਗੀਆਂ ਪਾਣੀ ਦੀ ਟੂਟੀਆਂ ਜਿਹੜੀਆਂ ਉਹਨਾਂ ਨੂੰ ਵਿਅਰਥ ਨਹੀਂ ਛੱਡਦੇ ਅਤੇ ਪਾਣੀ ਦੀ ਦੇਖਭਾਲ ਜਿਹੜੀ ਕਰਦੇ ਹਾਂ ਪੰਜਵਾਂ ਪੁਆਇੰਟ ਲਿਖਾਂਗੇ ਅਸੀਂ ਸਕੂਲ ਵਿੱਚ ਦੀਵਾਰਾਂ ਉੱਪਰ ਕੀਤੇ ਗੇ ਪੇਂਟ ਉੱਪਰ ਕੋਈ ਵੀ ਪੈਂਡ ਪੈਨਸਿਲ ਨਾਲ ਡਰਾ ਨਹੀਂ ਕਰਦੇ ਠੀਕ ਹੈ ਛੇਵਾਂ ਪੁਆਇੰਟ ਲਿਖਾਂਗੇ ਅਸੀਂ ਆਪਣੇ ਸਕੂਲ ਦੇ ਕੰਪਿਊਟਰ ਸਾਇੰਸ ਲਾਇਬ੍ਰੇਰੀ ਅਤੇ ਸਾਇੰਸ ਲੈਬ ਮੈਥ ਲੈਬ ਹਮੇਸ਼ਾ ਇੱਥੇ ਲਿਖਣਾ ਹੈ ਸਫਾਈ ਸਫਾਈ ਰੱਖਦਾ ਹੈ ਠੀਕ ਹੈ ਸਿਰਫ ਪਹਿਲੀ ਲਿਖਾਉਣਾ ਸਿਰਫ ਇਹਨੂੰ ਘਟਕਣਾ ਸਫਾਈ ਇਥੇ ਲਿਖਦੇ ਸਫਾਈ ਵਰਡ ਆਣਾ ਸੀ ਤੇ ਇਹ ਕੰਪਿਊਟਰ ਦੇ ਵਿੱਚ ਥੋੜੀ ਜੀ ਮਿਸਟੇਕ ਹੋ ਗਈ ਠੀਕ ਹੈ ਇਥੇ ਲਿਖਣਾ ਸਫਾਈ ਰੱਖਦੇ ਹਾਂ 6ਵੇਂ ਪੁਆਇੰਟ ਵਿੱਚ ਉਸ ਤੋਂ ਬਾਅਦ 7ਵਾਂ ਪੁਆਇੰਟ ਸੀ ਇਹ ਵੀ ਲਿਖ ਸਕਦੇ ਹੋ ਦੀਵਾਲੀ ਆਉਣ ਤੇ ਅਸੀਂ ਆਪਣੇ ਸਕੂਲ ਦੀਆਂ ਕਲਾਸਾਂ ਨੂੰ ਬਹੁਤ ਹੀ ਵਧੀਆ ਤਰੀਕੇ ਸੋਹਣੇ ਤਰੀਕੇ ਨਾਲ ਜਿਹੜਾ ਕਿ ਸਜਾਉਂਦੇ ਹਾਂ ਅੱਗੇ ਜਦ ਆਪਾਂ ਲਿਖਾਂਗੇ ਆਪਣੇ ਕੋਲ ਕੁਐਸਚਨ ਆ ਗਿਆ ਹੈ ਸਕੂਲ ਨਾਲ ਸੰਬੰਧਤ ਕੋਈ ਅਦਭੁਤ ਯਾਦ ਸਾਂਝੀ ਕਰੋ ਜੋ ਸਕੂਲ ਲਈ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦੀ ਹੈ ਤੁਸੀਂ ਆਪਣੇ ਆਪ ਹੀ ਕੋਈ ਮਤਲਬ ਕਿ ਆਪ ਐਸੀ ਲਿਖਾਂ ਕਿ ਤੁਸੀਂ ਆਪਣੇ ਆਪ ਹੀ ਕੋਈ ਵੀ ਅਦੁੱਤ ਸਾਂਝੀ ਕਰ ਸਕਦੇ ਹੋ ਜਿਸ ਵਜ੍ਹਾ ਤੁਹਾਡੇ ਸਕੂਲ ਸਕੂਲ ਦੇ ਪਿਆਰ ਤੇ ਸਤਿਕਾਰ ਨੂੰ ਦੱਸਾਉਂਦੀ ਹੋਵੇ ਜੋ ਕੋਈ ਘਟਨਾ ਠੀਕ ਹੈ ਕਿ ਜੋ ਵੀ ਕੋਈ ਕਿਰਿਆ ਤੁਸੀਂ ਕੀਤੀ ਹੈ ਤੁਹਾਡੇ ਸਕੂਲ ਵਿੱਚ ਜੇਕਰ ਤੁਸੀਂ ਇਹ ਕੁਐਸਚਨ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਹਾਨੂੰ ਆਉਂਦਾ ਜੇਕਰ ਤੁਸੀਂ ਇੰਟਰਸਟਿਡ ਹੋ ਇਸ ਕੁਐਸਚਨ ਨੂੰ ਤਾਂ ਆਦੇ ਅਕੋਰਡਿੰਗ ਲਿਖਣਾ ਹੈ ਠੀਕ ਹੈ ਉਸ ਤੋਂ ਅੱਗੇ ਤੁਹਾਡੇ ਕੋਲ ਪ੍ਰਸ਼ਨ ਪੁੱਛਿਆ ਗਿਆ ਸਕੂਲ ਦੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਕੂਲ ਦੀ ਜਿਹੜੀ ਵਿਦਿਆਰਥੀ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਵੇਂ ਆਪ ਦੱਸਣਾ ਹੈ ਸਕੂਲ ਦੇ ਸਕੂਲ ਸਿੱਖਣ ਦਾ ਲਿਖਾਂਗੇ ਸਕੂਲ ਸਿੱਖਣ ਦੀ ਉਹ ਪਵਿੱਤਰ ਜਗ੍ਹਾ ਹੈ ਜਿਹੜੀ ਵਿਦਿਆਰਥੀ ਦਾ ਵਿਕਾਸ ਤੈਅ ਕਰਦੀ ਹੈ ਬੱਚੇ ਦੇ ਜੀਵਨ ਵਿੱਚ ਸਕੂਲ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ ਕਿਉਂਕਿ ਬਾ ਸਕੂਲ ਹੀ ਉਹ ਸਥਾਨ ਹੈ ਜਿੱਥੇ ਬਚਪਨ ਦਾ ਸਮਾਂ ਗੁਜ਼ਰਦਾ ਹੈ ਸਾਡੇ ਜੀਵਨ ਵਿੱਚ ਸਕੂਲ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ ਸਭ ਤੋਂ ਪਹਿਲਾ ਪੁਆਇੰਟ ਦੇ ਉਪਰਲੇ ਲੈਣਾ ਵੀ ਦੇਖ ਲਿਓ ਠੀਕ ਹੈ ਪਹਿਲਾ ਪੁਆਇੰਟ ਸਕੂਲ ਵਿੱਚ ਜਾ ਕੇ ਅਸੀਂ ਅ ਇੱਕ ਮਿੰਟ ਅਸੀਂ ਵਿੱਦਿਆ ਗ੍ਰਹਿਣ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰ ਸਕਦੇ ਹਾਂ ਦੂਜਾ ਪੁਆਇੰਟ ਲਿਖਾਂਗੇ ਸਕੂਲ ਹੀ ਬੱਚੇ ਨੂੰ ਅਨੁਸ਼ਾਸਨ ਸਹਿਯੋਗ ਅਤੇ ਜੋਨਯੋਗ ਹੁਨਰ ਦੀਆਂ ਕਲਾਵਾਂ ਸਿਖਾ ਕੇ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ ਤੀਜਾ ਪੁਆਇੰਟ ਲਿਖਾਂਗੇ ਸਕੂਲ ਵਿੱਚ ਰਹਿ ਕੇ ਅਸੀਂ ਖੇਡਾਂ ਬਾਰੇ ਸਿੱਖਦੇ ਹਾਂ ਅਤੇ ਸਾਡਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਚੌਥਾ ਪੁਆਇੰਟ ਸਕੂਲ ਵਿੱਚ ਹੀ ਸਾਨੂੰ ਬਹੁਤ ਸਾਰੇ ਨਹੀਂ ਬਹੁਤ ਸਾਰੇ ਨਿਯਮ ਅਣਾ ਸਿੱਧੇ ਨਹੀਂ ਲਿਖਣਾ ਨਿਯਮ ਅਣਾ ਸਿ ਨਿਯਮ ਸਿਖਾਏ ਜਾਂਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਲਾਭਦਾਇਕ ਹੁੰਦੇ ਹਨ ਪੰਜਵਾਂ ਪੁਆਇੰਟ ਸਕੂਲ ਵਿੱਚ ਜਾ ਕੇ ਅਸੀਂ ਬਹੁਤ ਸਾਰੇ ਗਤੀਵਿਧੀਆਂ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਠੀਕ ਹੈ ਛੇਵਾਂ ਪੁਆਇੰਟ ਲਿਖਾਂਗੇ ਸਕੂਲ ਵਿੱਚ ਵਿਚਰਦੇ ਅਸੀਂ ਜ਼ਿੰਮੇਵਾਰ ਨਾਗਰਿਕ ਬਣਦੇ ਹਾਂ ਠੀਕ ਹੈ ਤੇ ਆ ਜਿਹੜਾ ਆ ਪੁਆਇੰਟ ਨਹੀਂ ਹੈਗਾ ਤੀਜਾ ਸਕੂਲ ਵਿੱਚ ਰਹਿ ਕੇ ਅਸੀਂ ਖੇਡਾਂ ਬਾਰੇ ਸਿੱਖਦੇ ਹਾਂ ਅੱਗੇ ਤੁਸੀਂ ਲਿਖੋ ਕਿ ਇਸ ਖੇਡਾਂ ਵਿੱਚ ਸਿੱਖ ਕੇ ਅਸੀਂ ਖੇਡਾਂ ਵਿੱਚ ਹੀ ਮਤਲਬ ਕਿ ਵੱਡੇ ਅੰਤਰਰਾਸ਼ਟਰੀ ਖੇਡਾਂ ਵਿੱਚ ਜਾਂਦੇ ਹਾਂ ਤੇ ਇੱਕ ਚੰਗਾ ਮੁਕਾਮ ਹ ਬਣਾ ਸਕਦੇ ਹੋ ਇਸ ਨੂੰ ਤੇ ਆ ਤੰਦਰੁਸਤਤਾ ਲਈ ਲਾਈਨ ਲਿਖਣਾ ਚਾਹੁੰਦੇ ਇਹ ਵੀ ਲਿਖ ਸਕਦੇ ਇਹ ਵੀ ਸਹੀ ਹੈ ਬਾਕੀ ਜੇਕਰ ਤੁਸੀਂ ਅੰਤਰਰਾਸ਼ਟਰੀ ਖੇਡਾਂ ਵਿੱਚ ਅਸੀਂ ਅੱਗੇ ਹਿੱਸਾ ਲੈ ਸਕਦੇ ਐਵੇਂ ਦੀ ਵੀ ਕੋਈ ਲਾਈਨ ਬਣਾ ਸਕਦੇ ਹੋ ਕਿਉਂਕਿ ਸਵਾਗਤ ਇਹਨਾਂ ਕਿ ਆ ਪੇਪਰ ਇਸ ਵਿੱਚ ਗੱਲਾਂ ਆਪਦੇ ਕੋਲ ਜੋੜੀਆਂ ਜਾਂਦੀਆਂ ਬਹੁਤ ਸਾਰੀਆਂ ਅੱਗੇ ਆਪਣਾ ਪ੍ਰਸ਼ਨ ਹੈ ਸਮੂਹ ਦੇ ਸਾਥੀ ਕਿਸ ਤਰ੍ਹਾਂ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਇਹ ਪ੍ਰਭਾਵ ਪਾ ਸਕਦੇ ਹਨ ਸਮੂਹ ਦੇ ਸਾਥੀ ਸਾਡੇ ਉੱਪਰ ਚੰਗਾ ਪ੍ਰਭਾਵ ਅਤੇ ਮਾੜਾ ਪ੍ਰਭਾਵ ਦੋਵੇਂ ਪਾ ਸਕਦੇ ਹਨ ਠੀਕ ਹੈ ਜੇਕਰ ਸਾਡੇ ਸਾਥੀ ਜਿਹੜੇ ਚੰਗੇ ਹੋਣਗੇ ਤਾਂ ਉਹ ਸਾਡੇ ਉੱਪਰ ਚੰਗਾ ਪ੍ਰਭਾਵ ਪਾਉਣਗੇ ਜੋ ਜੋ ਜੇ ਉਹ ਮਾੜੇ ਹੋਣਗੇ ਤਾਂ ਉਹ ਸਾਡੇ ਉੱਪਰ ਮਾੜਾ ਪ੍ਰਭਾਵ ਪਾਉਣਗੇ ਅਗੇ ਚੰਗੇ ਪ੍ਰਭਾਵ ਬਾਰੇ ਉਹਨਾਂ ਲਿਖਿਆ ਚੰਗੇ ਪ੍ਰਭਾਵ ਉਹ ਸਾਨੂੰ ਚੰਗੀਆਂ ਗੱਲਾਂ ਦੱਸਣਗੇ ਅਨੁਸ਼ਾਸਨ ਵਿੱਚ ਰਹਿਣ ਅਤੇ ਜ਼ਿੰਮੇਵਾਰ ਨਾਗਰਿਕ ਬਣੋਣ ਤੇ ਉਹ ਸਾਨੂੰ ਸਮਾਜ ਵਿੱਚ ਵਿਚਰਨ ਬਾਰੇ ਦੱਸਣਗੇ ਅਤੇ ਜੇ ਮਾੜੇ ਪ੍ਰਭਾਵ ਦੇ ਸਾਥੀ ਨੂੰ ਸਾਥੀ ਸਾਨੂੰ ਆਉਣ ਵਾਲੀਆਂ ਜਿਹੜੇ ਆਉਣ ਵਾਲੀਆਂ ਗੱਲਾਂ ਦੱਸਣਗੇ ਮਾੜੇ ਪ੍ਰਭਾਵ ਦੇ ਜਿਹੜੇ ਸਾਥੀ ਨੇ ਸਾਨੂੰ ਮਾੜੀਆਂ ਗੱਲਾਂ ਦੱਸਣਗੇ ਥੇ ਲੈਣਾ ਨਹੀਂ ਸੀ ਮਾੜੇ ਪ੍ਰਭਾਵ ਦੇ ਜਿਹੜੇ ਸਾਥੀ ਨੇ ਉਹ ਸਾਨੂੰ ਮਾੜੀਆਂ ਗੱਲਾਂ ਦੱਸਣਗੇ ਇਸ ਤੋਂ ਇਲਾਵਾ ਉਹ ਸਾਨੂੰ ਨਸ਼ਿਆਂ ਬਾਰੇ ਦੱਸਣਗੇ ਇਸ ਤੋਂ ਇਲਾਵਾ ਉਹ ਕੁਝ ਇਲਾਵਾ ਕੁਝ ਚੰਗਾ ਸਿੱਖਣ ਦੀ ਥਾਂ ਉਹ ਸਾਨੂੰ ਮਾੜਾ ਪ੍ਰਭਾਵ ਦੇਣਗੇ ਜਾਂ ਕਬੂਲਣਗੇ ਜਾਂ ਪਾਉਣਗੇ ਠੀਕ ਹੈ ਕੁਝ ਵੀ ਲਿਖ ਸਕਦੇ ਹੋ ਅੱਗੇ ਹੈ ਤੁਹਾਡੇ ਕੋਲ ਸਕੂਲ ਦੀ ਕੰਪਿਊਟਰ ਪ੍ਰੋਗਰਾਮ ਸਕੂਲ ਦੇ ਕੀ ਫਾਇਦੇ ਹਨ ਤਾਂ ਜਿਹੜਾ ਬੱਚਾ ਪਿਆਰਾ ਹੁਣ ਤੱਕ ਵੀਡੀਓ ਦੱਬਣਾ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਠੀਕ ਹੈ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤੋਂ ਬਾਅਦ ਤੁਸੀਂ ਪਾਸ ਹੋ ਜਾਣਾ 12th ਤੋਂ ਬਾਅਦ ਠੀਕ ਹੈ ਤਾਂ ਸਬਸਕ੍ਰਾਈਬ ਕਰ ਲਓ ਕੁਝ ਨਹੀਂ ਹੋਣਾ ਇਹਦੇ ਨਾਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਠੀਕ ਹੈ ਸਕੂਲ ਦੀ ਪ੍ਰਯੋਗਸ਼ਾਲਾ ਦੇ ਕੀ ਫਾਇਦੇ ਹਨ ਸਕੂਲ ਦੀ ਪ੍ਰਯੋਗਸ਼ਾਲਾ ਦੇ ਵਿਦਿਆਰਥੀ ਜਿਨ੍ਹਾਂ ਵਿੱਚ ਅਹਿਮ ਭੂਮਿਕਾ ਹੈ ਕੰਪਿਊਟਰ ਪ੍ਰੋਗਸ਼ਾਲਾ ਵਿੱਚ ਜਾ ਕੇ ਅਸੀਂ ਕੰਪਿਊਟਰ ਦੇ ਅਲੱਗ-ਅਲੱਗ ਗਤੀਵਿਧੀਆਂ ਸਿੱਖ ਸਕਦੇ ਹਾਂ ਤੀਜਾ ਪੁਆਇੰਟ ਲਿਖਾਂਗੇ ਅਸੀਂ ਕੰਪਿਊਟਰ ਤੇ ਐਮ ਐਸ ਐਕਸਲ ਅਤੇ ਐਮ ਐਸ ਵਰਡ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਚੌਥਾ ਪੁਆਇੰਟ ਲਿਖਾਂਗੇ ਅਸੀਂ ਸਕੂਲ ਦੇ ਇੱਕ ਮਿੰਟ ਜ਼ੂਮ ਕਰ ਲਈਏ ਅਸੀਂ ਅਸੀਂ ਕੰਪਿਊਟਰ ਤੇ ਵਿਦਿਆਰਥੀਆਂ ਦਾ ਡਾਟਾ ਸਟੋਰ ਕਰਨ ਅਤੇ ਫੀਸ ਆਦਿ ਬਾਰੇ ਸਿੱਖ ਸਕਦੇ ਹਾਂ ਅੱਗੇ ਪੰਜਵਾਂ ਪੁਆਇੰਟ ਲਿਖਾਂਗੇ ਇਸ ਤੋਂ ਇਲਾਵਾ ਅਸੀਂ ਕੰਪਿਊਟਰ ਪ੍ਰੋਗਸ਼ਾਲਾਵਾਂ ਅ ਵਿੱਚ ਜਾ ਕੇ ਆਪਣੇ ਔਖੇ ਵਿਸ਼ੇ ਦੇ ਟੌਪਿਕ ਵੀਡੀਓ ਦੇਖ ਕੇ ਸਿੱਖ ਸਕਦੇ ਹਾਂ ਠੀਕ ਹੈ ਅੱਗੇ ਹੈ ਤੁਹਾਡੇ ਕੋਲ ਪ੍ਰਸ਼ਨ ਤੁਸੀਂ ਆਪਣੇ ਆਪ ਨੂੰ ਗੁੱਸੇ ਤਣਾਅ ਤੋਂ ਕਿਵੇਂ ਬਚਾ ਸਕਦੇ ਹੋ ਗੁੱਸੇ ਤੇ ਤਣਾਅ ਤੋਂ ਕਿਵੇਂ ਬਚਾ ਸਕਦੇ ਹੋ ਉੱਤਰ ਲਿਖਾਂਗੇ ਤੁਸੀਂ ਆਪਣੇ ਆਪ ਨੂੰ ਇਹ ਸਮਝਣਾ ਹੈ ਕਿ ਮੈਂ ਇਸ ਵਿੱਚ ਇਹ ਹੀ ਦੱਸਿਆ ਕਿ ਇੱਕ ਮਿੰਟ ਮੈਨੂੰ ਹਾਂਜੀ ਪਿਆਰੇ ਬੱਚੋ ਤੁਸੀਂ ਆਪਣੇ ਆਪ ਇਹ ਸਮਝੇ ਕਿ ਮੇਰੇ ਮੇਰੇ ਤੋਂ ਬਿਹਤਰ ਇਨਸਾਨ ਦੁਨੀਆ ਤੇ ਹੋਰ ਕੋਈ ਨਹੀਂ ਹੈ ਅਤੇ ਤੁਹਾਡੇ ਵਰਗੀ ਹੋਰ ਕੋਈ ਸ਼ਖਸੀਅਤ ਵੀ ਤੁਹਾਡੇ ਚਗਰੀਦੇ ਵਿੱਚ ਮੌਜੂਦ ਨਹੀਂ ਹੈ ਮਤਲਬ ਕਿ ਤੁਸੀਂ ਆਪ ਨੂੰ ਮਹਾਨ ਸਮਝਣਾ ਹੈ ਠੀਕ ਹੈ ਤਦ ਹੀ ਤੁਸੀਂ ਆਪ ਦਾ ਜਿਹੜਾ ਕਿ ਜੀਵਨ ਦਾ ਮੁਕਾਮ ਹਾਸਲ ਕਰ ਸਕਦੇ ਹੋ ਠੀਕ ਹੈ ਫਿਰ ਇੱਕ ਸੰਧਾਨ ਵੀ ਵਿੱਚ ਦੱਸ ਦਿਓ F L I F L I ਜਿਹੜਾ ਸੰਧਾਨ ਇਸ ਦੀ ਫੁੱਲ ਫਾਰਮ ਹੁੰਦੀ ਹੈ ਫਰਸਟ ਲਵ ਯੂਰ self ਠੀਕ ਹੈ ਤਾਂ ਇੱਕ ਵਾਰ ਪੜ ਲੈਣਾ ਤੁਹਾਨੂੰ ਮੈਂ ਥੋੜਾ ਜਿਹਾ ਕਟ ਜੂਮ ਕਰਕੇ ਵਿਖਾਉਣਾ ਹੁਣ ਠੀਕ ਹੈ ਜਿਹੜੇ ਸਦਾ ਸਕਰੀਨ ਸ਼ਾਟ ਲੈਣਾ ਚਾਹੁੰਦੇ ਸਕਰੀਨ ਸ਼ਾਟ ਲੈ ਸਕਦੇ ਹੋ ਬਾਕੀ ਇਸ ਨੂੰ ਵਧੀਆ ਤਰੀਕੇ ਪੜ੍ਹ ਲੈਣਾ ਕਾਫੀ ਵੱਡਾ ਇਹ ਵੀਡੀਓ ਆਪਾਂ ਕਾਫੀ ਲੰਮਾ ਨਹੀਂ ਕਰਨਾ ਵੀਡੀਓ ਤਾਂ ਮੈਂ ਮੈਂ ਚਾਹਣਾ ਹੈ ਕਿ ਤੁਸੀਂ ਇਸ ਨੂੰ ਖੁਦ ਪੜ੍ਹਨਾ ਅੱਗੇ ਤੁਸੀਂ ਵੇਖੋ ਮਾਨਵਤਾ ਕੀ ਹੈ ਮਾਨਵੀ ਭਾਵਨਾ ਹਮਦਰਦੀ ਵਾਲੀ ਜੀਵਨ ਸ਼ੈਲੀ ਅਤੇ ਖੁਸ਼ਹਾਲੀ ਕਿਵੇਂ ਦਿੰਦੀ ਹੈ ਇੱਕੋ ਹੀ ਕੁਸ਼ਣ ਵਿੱਚ ਦੋ ਕੁਸ਼ਣ ਪੁੱਛੇ ਗਏ ਮਾਨਵਤਾ ਕੀ ਹੈ ਤੇ ਹਮਦਰਦੀ ਵਾਲੀ ਜੀਵਨ ਸ਼ੈਲੀ ਅਤੇ ਖੁਸ਼ਹਾਲੀ ਕਿਵੇਂ ਦਿੰਦੀ ਹੈ ਸਭ ਤੋਂ ਪਹਿਲਾਂ ਲਿਖਾਂਗੇ ਮਾਨਵਤਾ ਅਸਲ ਵਿੱਚ ਮਨੁੱਖ ਦੇ ਮਨੁੱਖ ਦੇ ਹੋਣ ਦੀ ਚੇਤਨਾ ਨਾਲ ਸੰਬੰਧਿਤ ਉਸਾਲ ਅਰਥਾ ਵਾਲੀ ਭਾਵਨਾ ਹੈ ਜਾਂ ਧਰਮ ਨਜ਼ਰ ਲਿੰਗ ਆਦਿ ਦੀਆਂ ਵਿਡਿਆਆਂ ਤੋਂ ਰਹਿਤ ਹੋ ਕੇ ਵਿਦਿਆਰਥੀ ਹਰ ਮਨੁੱਖ ਸਦਭਾਵਨਾ ਅਤੇ ਇਨਸਾਨੀਅਤ ਭਰੇ ਵਿਹਾਰ ਦਾ ਨਾ ਹੀ ਮਾਨਵਤਾ ਹੈ ਜੋ ਕਿ ਮਸ਼ੀਨੀ ਅਤੇ ਪਦਾਰਥ ਯੁੱਗ ਵਿੱਚ ਇਨਸਾਨੀਅਤ ਦਾ ਔਖੇ ਔਖੇ ਪਰੋਖੇ ਹੋਣ ਸੁਭਾਵਿਕ ਹੈ ਕਿਉਂਕਿ ਸਾਡੇ ਸਮਾਜ ਦਾ ਤਾਣਾ ਬਾਣਾ ਹੀ ਕੁਝ ਇਸ ਤਰ੍ਹਾਂ ਦਾ ਆਪਸੀ ਮੁਕਾਬਲਾ ਆਧਾਰਿਤ ਬਣ ਚੁੱਕਾ ਹੈ ਕਿ ਉਸ ਵਿੱਚ ਹਰ ਅਨੇਕ ਪੱਖਪਾਤ ਨਾਲ ਲਿੰਗਿਕ ਭੇਦਭਾਵ ਵੀ ਸ਼ਾਮਿਲ ਹੋ ਗਿਆ ਹੈ ਇਸ ਵਿੱਚ ਤੁਸੀਂ 2 ਤੋਂ 3 ਲੈਣਾ ਹੀ ਲਿਖਣੀ ਹੈ ਜਿਆਦਾ ਜਿਆਦਾ ਵੱਡਾ ਨਹੀਂ ਲਿਖਣਾ ਕਿਉਂਕਿ ਵੈਸੇ ਤਾਂ ਪੰਜ ਨੰਬਰ ਦਾ ਕੁਸ਼ਣ ਹੈ ਜੇਕਰ ਬੱਚਾ ਸਾਰਾ ਕਰਨਾ ਚਾਹੁੰਦਾ ਸਾਰਾ ਕਰ ਸਕਦਾ ਹੈ ਬਾਕੀ ਜੇਕਰ ਤੁਸੀਂ 2 ਤੋਂ 3 ਲੈਣਾ ਵੀ ਇਸ ਵਿੱਚੋਂ ਯਾਦ ਕਰ ਲੈਣਾ ਐਨੇ ਕੁ ਟੌਪਿਕ ਵਿੱਚੋਂ ਠੀਕ ਹੈ ਫਿਲਹਾਲ ਕੀ ਅੱਗੇ ਆਪ ਤੁਹਾਨੂੰ ਦੱਸ ਰਹੀਏ ਕਿ ਜਿਹੜਾ ਤੁਹਾਡੇ ਵਿੱਚ ਦੂਜਾ ਕੁਸ਼ਣ ਸੀ ਮਾਨਵੀ ਪਾਵਨਾ ਹਮਦਰਦੀ ਵਾਲੀ ਜੀਵਨ ਛਾਲੀ ਅਦਿਕ ਛਾਲੀ ਹੈ ਇਸ ਵਿੱਚ ਤੁਸੀਂ ਕੀ ਕਰਨਾ ਹੈ ਇਹ ਇਹ ਤੁਹਾਨੂੰ ਦਿਖਾਉਂਦਾ ਕਿ ਇਸ ਪ੍ਰਕਾਰ ਦਿੰਦੀ ਹੈ ਜਿਵੇਂ ਕਿ ਕਿਰਿਆ ਇੱਕ ਕਿਰਿਆ ਲਿਖ ਦੇਣਾ ਮੰਨ ਲਓ ਤੁਸੀਂ ਮੰਨ ਲਓ ਤੁਸੀਂ ਸਾਰੇ ਇੱਕ バス ਵਿੱਚ ਬਟਾਲਾ ਤੋਂ ਚੰਡੀਗੜ੍ਹ ਜਾ ਰਹੇ ਹੋ ਤੁਸੀਂ ਸਾਰਿਆਂ ਨੇ ਇੱਕ ਆਪਣੀ ਜਿਹੜੀ ਆਪਣੀ ਆਪਣੀ ਸੀਟ ਰੱਖਵੀਂ ਕਰਵਾ ਕੇ 500 ਰੁਪਏ ਦਾ ਹਿਸਾਬ ਨਾਲ ਏਸੀ ਬੱਸ ਦੀ ਟਿਕਟ ਖਰੀਦ ਲਈ ਹੈ ਠੀਕ ਹੈ ਇਸ ਇਸ ਬੱਸ ਨੇ ਦਿਨ ਵਿੱਚ ਇੱਕ ਵਾਰ ਹੀ ਚੱਲਣਾ ਹੈ ਇਸ ਬੱਸ ਵਿੱਚ ਸਾਰੀਆਂ ਸੀਟਾਂ ਪਹਿਲਾਂ ਹੀ ਰੱਖਵੀਆਂ ਹੋਣ ਕਾਰਨ ਕਈ ਸਵਾਰੀਆਂ ਖਲੋਤੀਆਂ ਦੇਖਦੇ ਦੇਖਦੇ ਹੋ ਜਿਨ੍ਹਾਂ ਨੇ ਵੀ ਚੰਡੀਗੜ੍ਹ ਜਾਣਾ ਹੈ ਇੱਕ ਮਟਿਆਰ ਪੜਨ ਵਾਲੀ ਯੂਨੀਵਰਸਿਟੀ ਜਾ ਰਹੀ ਹੈ ਇੱਕ ਇੱਕ ਅਧਖੜ ਉਮਰ ਦੀ ਔਰਤ 45 ਸਾਲ ਦੀ ਨੌਜਵਾਨ ਪੜਨ ਲਈ ਕਾਲਜਾਂ ਜਾ ਰਹੇ ਹਨ ਅਧਖੜ ਉਮਰ ਦਾ ਇੱਕ ਆਦਮੀ ਇੱਕ ਨਵ ਵਿਆਹੀ ਇਸਤਰੀ ਆਪਣੇ ਨਾਲ 2 ਕੋਸਾਲਾਂ ਦਾ ਬੱਚਾ ਚੁੱਕ ਕੇ ਖੜੀ ਹੈ ਠੀਕ ਹੈ ਤਾਂ ਦੋਨੋਂ ਸਮੂਹਾਂ 'ਚ ਇੱਕ ਚੰਗਾ ਇਨਸਾਨ ਮਨੁੱਖੀ ਮਨੁੱਖ ਹੋਣ ਦੀ ਸੂਰਤ ਵਿੱਚ ਲਿੰਗੀਕ ਪਿੰਨ ਭੇਦ ਤੋਂ ਉੱਪਰ ਉੱਠ ਕੇ ਮੰਨ ਬਤਾ ਤੇ ਹਮਦਰਦੀ ਭਰੀ ਭਾਵਨਾ ਨਾਲ ਹੇਠ ਲਿਖੇ ਵਿੱਚ ਕਾਰਜ ਕਰਨਗੇ ਜਿਵੇਂ ਕਿ ਕਿਸੇ ਲਈ ਵੀ ਸੀਟ ਨਹੀਂ ਛੱਡੀ ਜਾਵੇਗੀ ਬੈਠਣ ਲਈ ਸੀਟ ਮਟਿਆਰ ਨੂੰ ਦਿੱਤੀ ਜਾਵੇਗੀ ਠੀਕ ਹੈ ਇਹ ਸਾਰੇ ਪੁਆਇੰਟ ਪੜ ਲੈਣਾ ਇਹ ਵੀ ਇਦਾਂ ਵੀ ਤੁਸੀਂ ਲਿਖ ਦੋ ਤਾਂ ਤੁਹਾਡੇ 5 ਵਿੱਚੋਂ 5 ਮਿਲ ਜਾਣਗੇ ਠੀਕ ਹੈ ਇਹ ਕਿਰਿਆ ਵੀ ਲਿਖ ਦਿੰਦੇ ਹੋ ਠੀਕ ਹੈ ਜੇ ਕੋਈ ਸਵਾਲ ਆ ਜਾਂਦਾ ਹੈ ਬਾਕੀ ਰੀਅਲ ਵਿੱਚ ਇਹ ਕੋਸ਼ਨ ਹੋਰ ਤਰ੍ਹਾਂ ਦਾ ਹੈ ਉਹ ਤੁਹਾਨੂੰ ਦਿਖਾਵਾਂਗੇ ਅੱਗੇ ਕੋਸ਼ਨ ਆਵੇਗਾ ਉਸ ਵਿੱਚ ਸਿੰਪਲ ਉਹਨੇ ਪੁੱਛਿਆ ਕਿ ਕਿਵੇਂ ਤੁਸੀਂ ਕਿਰਿਆ ਕਰਕੇ ਦਿਖਾਓਗੇ ਫਿਲਹਾਲ ਕਿ ਅਗਲਾ ਕੋਸ਼ਨ ਦੇਖਦੇ ਆਪਾਂ ਆਤਮ ਵਿਸ਼ਵਾਸ ਅਤੇ ਦ੍ਰਿੜ ਇਰਾਦੇ ਨਾਲ ਤੁਸੀਂ ਕੋਈ ਵੀ ਆਦਾਕਾਰੀ ਕਰ ਸਕਦੇ ਹੋ ਵਿਆਖਿਆ ਕਰੋ ਧਿਆਨ ਨਾਲ ਕੁਸ਼ਨ ਨੂੰ ਵੇਖ ਲਓ ਠੀਕ ਹੈ ਸਕਰੀਨ ਤੇ ਤੁਹਾਨੂੰ ਬਾਚ ਹੋ ਰਿਹਾ ਆਵੇਗਾ ਤਾਂ ਇਵੇਂ ਸੇਮ ਯਾਦ ਕਰ ਲਓ ਤੇ ਲਿਖ ਲੈਣਾ ਪੜ੍ਹ ਲੈਣਾ ਠੀਕ ਹੈ ਅੱਗੇ ਆਪਾਂ ਕੁਸ਼ਨ ਵੇਖਦੇ ਹਾਂ ਇਸ ਦਾ ਅਗਲਾ ਪਾਰ ਵੀ ਆ ਪੜ੍ਹ ਲੈਣਾ ਇਹ ਤੋਂ ਡੋ 3.5 ਲੈਣਾ ਹੋਰ ਦਿੱਤੀਆਂ ਹੋਈਆਂ ਉਸੇ ਹੀ ਕੁਸ਼ਨ ਦੀਆਂ ਇਸ ਨੂੰ ਵੀ ਚੰਗੇ ਤਰੀਕੇ ਨਾਲ ਪੜ੍ਹ ਲੈਣਾ ਫਿਲਹਾਲ ਕੀ ਤੁਹਾਡੇ ਕੋਲ ਕੁਸ਼ਨ ਆਇਆ ਚੌਥਾ ਤੁਸੀਂ ਮੋਬਾਈਲ ਅਤੇ ਇੰਟਰਨੈਟ ਦੀ ਵਰਤੋਂ ਨਾਲ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਉੱਤਰ ਸਪਸ਼ਟ ਕਰੋ ਅਸੀਂ ਇਹਨਾਂ ਨੂੰ ਪਹਿਲਾ ਇੱਕ ਪੈਰੇ ਵਿੱਚ ਲਿਖਿਆ ਕਿ ਇੰਟਰਨੈਟ ਹੈ ਕੀ ਇਹ ਕਦੋਂ ਤਾਂ ਆਇਆ 21ਵੀਂ ਸਦੀ ਵਿੱਚ ਦੋ ਦਹਾਕਿਆਂ ਵਿੱਚ ਠੀਕ ਹੈ ਇਹ ਸਾਰਾ ਪੜ ਲੈਣਾ ਤੇ ਜੋ ਕਿ ਇਹਦੇ ਆਪਣੇ ਜੀਵਨ ਵਿੱਚ ਆ ਉਹ ਤੁਸੀਂ ਆਪ ਦੇ ਕੋਲ ਵੀ ਲਿਖ ਸਕਦੇ ਹੋ ਫਲਰ ਕਿ ਆ ਪੁਆਇੰਟ ਵੀ ਦੇਖ ਸਕਦੇ ਹੋ ਉੱਪਰ ਤੋਂ ਤੁਹਾਨੂੰ ਤਿੰਨ ਪੁਆਇੰਟ ਨਜ਼ਰ ਆ ਰਹੇ ਹੋਣਗੇ ਆ ਵੇਖੋ 1 2 ਤੇ 3 ਠੀਕ ਹੈ ਅਸੀਂ ਮਤਲਬ ਕਿ ਕੰਪਿਊਟਰ ਤੇ ਬੈਠ ਕੇ ਆਪਣੇ ਕਿਸੇ ਵੀ ਵਿਸ਼ੇ ਦੀਆਂ ਪਾਠ ਪੁਸਤਕ ਨਾਲ ਸੰਬੰਧਿਤ ਸਮਗਰੀ ਦੀ ਖੋਜ ਕਰ ਕਰ ਸਕਦੇ ਹਾਂ ਐਂਡ ਤੇ ਤੁਸੀਂ ਕਰ ਸਕਦੇ ਹਾਂ ਲਿਖ ਦੇਣਾ ਠੀਕ ਹੈ ਕਿਉਂਕਿ ਉਹਨਾਂ ਨੇ ਕੁਸ਼ਣ ਚ ਉਦਾਂ ਹੀ ਪੁੱਛਿਆ ਹੈ ਦਾ ਉਦਾਂ ਹੀ ਲਿਖਣਾ ਠੀਕ ਹੈ ਫਿਰ ਕੋਈ ਗੱਲਾ ਤੇ YouTube ਮੇਨ ਨੇ ਆਪਣੇ ਸੋਸ਼ਲ ਮੀਡੀਆ ਠੀਕ ਹੈ ਜਿੰਦੇ ਦਾ ਅਪ ਸਟੱਡੀ ਕਰਦੇ ਆ ਠੀਕ ਹੈ ਇਹਨਾਂ ਵਿੱਚੋਂ ਹੀ ਲੈਣਾ ਚੱਕ ਲੈਣੀਆਂ ਨੇ ਤੇ ਵਧੀਆ ਵਧੀਆ ਪੁਆਇੰਟ ਬਣਾ ਦੇਣੇ ਆ ਸਟਾਰ ਸਟਾਰ ਬਣਾ ਕੇ ਵਧੀਆ ਸੋਹਣੇ ਤਰੀਕੇ ਨਾਲ ਪੇਪਰ ਕਰਕੇ ਆਣਾ ਤੇ 50 ਵਿੱਚੋਂ 50 ਆਣ ਤੇ ਕੋਈ ਵੀ ਤੁਹਾਨੂੰ ਨਹੀਂ ਰੋਕ ਸਕਦਾ ਠੀਕ ਹੈ ਤੇ ਸਾਡੇ ਚੈਨਲ ਲਈ ਤੁਸੀਂ ਇਹਨਾਂ ਕਰ ਸਕਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜਿਹੜੇ ਬੱਚੇ ਹਾਲੇ ਤੱਕ ਲਾਈਕ ਨਹੀਂ ਕੀਤਾ ਠੀਕ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਜਿਹੜੇ ਬੱਚੇ ਸੀਰੀਅਸ ਸਿੱਖਿਆ ਵਾਲਿਆ ਇਕਨੋਮਿਕਸ ਵਾਲਿਆ ਉਹਨਾਂ ਲਈ ਵੀ ਪੇਪਰ ਤਿਆਰ ਕਰ ਰਹੇ ਆ ਠੀਕ ਹੈ ਜਲਦੀ ਹੀ ਤੁ ਫਲਾਰ ਕੇ ਅੱਗੇ ਤੁਸੀਂ ਵੇਖੋ ਆ ਤੁਸੀਂ ਵੇਖ ਲਓ ਤੀਜਾ ਪੁਆਇੰਟ 3.3 ਪੁਆਇੰਟ ਉੱਤੇ ਤੁਹਾਨੂੰ ਨਜ਼ਰ ਆਈ ਸੀ 3.8 ਇੰਟਰਨੈਟ ਵਾਲਾ ਇਹਦਾ ਸੱਲੇ ਪੁਆਇੰਟ ਆਇਆ ਇਹਨਾਂ ਵਿੱਚ ਚੰਗੇ ਪ੍ਰਭਾਵ ਚੰਗੇ ਪੁਆਇੰਟ ਵੀ ਗਿਆ ਮਾੜੇ ਵੀ ਗਿਆ ਤੇ ਪੜ ਲੈਣਾ ਅੱਗੇ ਕੋਸ਼ਣ ਹੈ ਮਾਨਵੀ ਸਦਭਾਵਨਾ ਅਤੇ ਉਹ ਹਾਰ ਦੇ ਨੈਤਿਕ ਮੂਲਾ ਮੂਲਾ ਸੰਬੰਧਤ ਕੋਈ ਇੱਕ ਕਿਰਿਆ ਲਿਖੋ ਇਹ ਉਹੀ ਕਿਰਿਆ ਹੈ ਜਿਹੜੀ バス ਵਿੱਚ ਜਾ ਰਿਹਾ ਠੀਕ ਹੈ ਕੋਈ ਕੋਈ ਸਟਡੀ ਲਈ ਜਾ ਰਿਹਾ ਹੈ ਤੇ ਕੋਈ ਬੱਚਾ ਚੁੱਕ ਕੇ ਖੜੀਆ ਹੋਰ ਠੀਕ ਹੈ ਉਹੀ ਇਹ ਸਾਰੀ ਕਿਰਿਆ ਉਹ ਹੈ ਉਹ ਵਾਲੀ ਹੈ ਜਿਹੜੀ ਮੈਂ ਤੁਹਾਨੂੰ ਉੱਪਰ ਕਰਾ ਕੇ ਆਇਆ ਠੀਕ ਹੈ ਤੇ ਇਹ ਦੁਬਾਰਾ ਪੜਨਾ ਚਾਹੁੰਦੇ ਪੜ ਸਕਦੇ ਠੀਕ ਹੈ ਸਕਰੋਲ ਡਾਊਨ ਕਰਕੇ ਤੁਹਾਨੂੰ ਵਿਖਾਤੀ ਆ ਫਲਾਰ ਕੀ ਦੋ ਕੁਸ਼ਨ ਤੁਹਾਨੂੰ ਹੋਰ ਇੰਪੋਰਟੈਂਟ ਤੁਹਾਨੂੰ ਦੱਸ ਦੇਵਾਂ ਇੱਕ ਆ ਕੀ ਮੁਸ਼ਕਲ ਕੀ ਹੁੰਦੀ ਹੈ ਇਸ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ ਮੁਸ਼ਕਲ ਕੋਈ ਵੀ ਹੋ ਸਕਦੀ ਹੈ ਠੀਕ ਹੈ ਉਸ ਦੀ ਤੁਸੀਂ ਪਰਿਭਾਸ਼ਾ ਦੇਣੀ ਆ ਤੇ ਉਸ ਦਾ ਆਪ ਹੱਲ ਕਿਵੇਂ ਲੱਭ ਸਕਦੇ ਆ ਕੋਈ ਵੀ ਉਦਾਹਰਣ ਦੇਣਾ ਇੱਕ ਪਰਿਭਾਸ਼ਾ ਦੇਣੀ ਹੈ ਮੁਸ਼ਕਲ ਦੀ ਦੂਜੀ ਆਪਾਂ ਉਦਾਹਰਣ ਦੇਣੀ ਹੈ ਕਿ ਕੋਈ ਵੀ ਮੁਸ਼ਕਲ ਹੈ ਤਾਂ ਉਸ ਦਾ ਆਪ ਹੱਲ ਕਿਵੇਂ ਕਰ ਸਕਦੇ ਆ ਅਗਲਾ ਕੁਸ਼ਨ ਇਹ ਮੈਨੂੰ ਆਪਣੇ ਉੱਤੇ ਮਾਣ ਕਿਉਂ ਹੈ ਠੀਕ ਹੈ ਮੈਨੂੰ ਆਪਣੇ ਉੱਤੇ ਮਾਣ ਕਿਉਂ ਹੈ ਇਹ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਬੋਰਡ ਸਾਨੂੰ ਜੋ ਮੈਨੂੰ ਜੋ ਲੱਗਦਾ ਹੈ ਨਾ ਮੇਰੇ ਅਕੋਰਡਿੰਗ ਇਹ ਵੈਰੀ ਵੈਰੀ ਇੰਪੋਰਟੈਂਟ ਆ ਸਕਦਾ ਠੀਕੇ ਬਾਕੀ ਜਿਹੜਾ ਤੁਹਾਡਾ ਇੰਗਲਿਸ਼ ਦਾ ਪੇਪਰ ਤੁਹਾਨੂੰ ਦੱਸ ਦੇਵਾਂ ਇੰਗਲਿਸ਼ ਦੇ ਪੇਪਰ ਵਿੱਚ ਚੰਦੂ ਦਾ ਜੌਨ ਫਲਿੱਪ ਦਾ ਸਾਨੂੰ ਪਤਾ ਲੱਗ ਚੁੱਕਿਆ ਸੀ ਇੱਕ ਦਿਨ ਪਹਿਲਾਂ ਪੇਪਰ ਦੇ ਫਿਲਹਾਲ ਕੀ ਫਿਰੋਜ਼ਪੁਰ ਦੇ ਵਿੱਚ ਇੰਟਰਨੈਟ ਦੀ ਸੇਵਾਵਾਂ ਬੰਦ ਕੀਤੇ ਗਏ ਸੀ ਤੇ ਵਾਈਫਾਈ ਵੀ ਸਾਡੇ ਆਫਿਸ ਨਹੀਂ ਠੀਕੇ ਤੇ ਜਿਸ ਕਾਰਨ ਮੈਂ ਤੁਹਾਨੂੰ ਦੱਸ ਨਹੀਂ ਸਕਿਆ ਟੈਲੀਗ੍ਰਾਮ ਤੇ ਨੀਤਾ ਤੋਂ ਤੁਹਾਡੇ ਕੋਲ ਤੁਹਾਡੇ ਕੋਲ ਪਹੁੰਚ ਜਣੀ ਸੀ ਨਿਊਜ਼ ਜੌਨ ਫਲਿੱਪ ਜਿਹੜਾ ਜਿਹੜਾ ਤੁਹਾਡੇ ਚੈਰੈਕਟਰ ਸਕੈਚ ਸੀ ਠੀਕੇ ਬਾਕੀ ਐਪਲੀਕੇਸ਼ਨ ਤਾਂ ਉਹ ਇੱਕ ਦਿਨ ਸਾਡੇ ਕੋਲ ਪਹਿਲਾਂ ਆ ਚੁੱਕਿਆ ਸੀ ਸਾਰਾ ਟੌਪਿਕ ਅਮੈਂਡਮੈਂਟ ਟੌਪਿਕ ਆ ਗਿਆ ਸੀ ਜੜ ਜੜੇ ਪੇਪਰ ਵਿੱਚ ਆਉਣੇ ਸੀ ਤੇ ਉਹ ਇੱਕ ਗਲਤੀ ਰਹਿ ਗਈ ਕਿ ਪੰਜਾਬ ਸਰਕਾਰ ਨੇ ਆਪਣਾ ਇੰਟਰਨੈਟ ਆਫ ਕਰਤਾ ਸੀ ਫਰੋਜਪੁਰ ਦੇ ਵਿੱਚ ਤੇ ਤਰਨਤਾਰਨ ਦੇ ਵਿੱਚ ਜਿਆਦਾ ਦਿਨ ਤੱਕ ਆਫ ਰਿਹਾ ਤੇ ਅੱਗੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਇਸ ਵਾਲੀ ਨੂੰ ਤੇ ਕੋਈ ਗੱਲ ਨਹੀਂ ਬਾਕੀ ਹੁਣ ਪੇਪਰ ਵਧੀਆ ਹੋਇਆ ਹੁਣ ਮੈਨੂੰ ਉਮੀਦ ਹੈ ਤੁਹਾਡਾ ਸਾਰਿਆਂ ਦਾ ਵਧੀਆ ਹੋਣਾ ਹੈ ਨਾ ਅੰਗਰੇਜ਼ੀ ਅੰਗਰੇਜ਼ੀ ਦਾ ਪੇਪਰ ਜਿਹੜਾ ਤੇ ਬਹੁ ਵਿਕਲਪਿਕ ਪ੍ਰਸ਼ਨ ਸਟਾਰਟ ਹੋ ਰਿਹਾ ਬਹੁ ਵਿਕਲਪਿਕ ਮੈਚਿੰਗ ਦਾ ਵਰਡ ਤੇ ਖਾਲੀ ਥਾਂਵਾਂ ਤੋਂ ਨੂੰ ਸਾਰੇ ਕਰਾਵਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵਾਚ ਕਰਨਾ ਫਿਰ ਚਾਹੇ ਵੀਡੀਓ ਤੁਹਾਡੀ 20 ਮਿੰਟ ਦੇ ਹੋ ਜਾਏ 25 ਮਿੰਟ ਦੇ ਹੋ ਜਾਏ ਕੋਈ ਗੱਲ ਨਹੀਂ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਵਾਚ ਕਰ ਲੈਣਾ ਕਿਉਂਕਿ ਤੁਹਾਡੇ ਪੰਜਾ ਵਿੱਚੋਂ ਪੰਜਾ ਆ ਜਾਣੀ ਹੈ ਕਿਉਂਕਿ ਜੇਕਰ ਇਹ ਵੀਡੀਓ ਵੇਖ ਲੈਂਦੇ ਹੋ ਸਿਹਨ ਸ਼ੇਤ ਨਾਲ ਸਮਾਜ ਵਿੱਚ ਕਿਹੜੇ ਤਰੀਕੇ ਨਾਲ ਰਹਾ ਰਹਾ ਜਾ ਸਕਦਾ ਹੈ ਛਾਂ ਦੀ ਨਾਲ ਰਹਾ ਜਿਹਾ ਸਾਰੇ ਬੱਚੋ ਦੂਜਾ ਹੈ ਤੁਸੀਂ ਜਮਾਤ ਵਿੱਚ ਆਏ ਨਵੇਂ ਵਿਦਿਆਰਥੀ ਨਾਲ ਕਿਵੇਂ ਪੇਛਾਉਗੇ ਦੋਸਤੀ ਨਾਲ ਬੱਚੋ ਅੱਗੇ ਹੈ ਵੱਡੀ ਵੱਡੇ ਕਿਵੇਂ ਬਣਿਆ ਜਾ ਸਕਦਾ ਹੈ ਵੱਡੇ ਮਿਹਨਤ ਨਾਲ ਬਣਿਆ ਜਾ ਸਕਦਾ ਪਿਆਰੇ ਬੱਚੋ ਅੱਗੇ ਹੈ ਚੌਥ ਲੈ ਕੇ ਪੜ੍ਹਨੇ ਚਾਹੀਦੇ ਹਨ ਬੱਚੋ ਸਭ ਨੂੰ ਪਤਾ ਲਾਇਬ੍ਰੇਰੀ ਵਿੱਚੋਂ ਇਹ ਸਿੰਪਲ ਜਿਹੇ ਕੁਸ਼ਨ ਹੁੰਦੇ ਆ ਠੀਕ ਹੈ ਬਾਕੀ ਕੁਝ ਕੁਝ ਕੁਸ਼ਨ ਹੈਗਾ ਇੰਪੋਰਟਡ ਠੀਕ ਹੈ ਜਿਹੜੇ ਕਿ ਤੁਹਾਡੇ ਕਹਾਣੀਆਂ ਜੇ ਕਿਰਿਆਵਾਂ ਵਿੱਚ ਪੁੱਛੇ ਗਏ ਆ ਉਹ ਤੁਸੀਂ ਚੰਗੇ ਤਰੀਕੇ ਨਾਲ ਦੇਖ ਲੈਣਾ ਇਸ ਵੀਡੀਓ ਵਿੱਚ ਤੁਸੀਂ ਸਾਈਕਲ ਤੇ ਜਾ ਰਹੇ ਹੋ ਤੇ ਤੁਹਾਡੇ ਜਮਾਤੀ ਜਿਹੜੇ ਪੈਦਲ ਜਾ ਰਹੇ ਹੈ ਜਾ ਰਿਹਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਬੱਚੋ ਉਸ ਨੂੰ ਸਾਈਕਲ ਤੇ ਬਿਠਾ ਲੈਣਾ ਚਾਹੀਦਾ ਅੱਗੇ ਹੈ ਤੁਸੀਂ ਬਿਜਲੀ ਦਾ ਬਿੱਲ ਤਾਰਨ ਗਏ ਹੋ ਤਾਂ ਤਰੀਕਾ ਇੱਕ ਹੀ ਤਰੀਕਾ ਅਪਣਾਓਗੇ ਤਾਂ ਆਪਾਂ ਵਾਰੀ ਵਾਰੀ ਆਉਣ ਤੇ ਬਿੱਲ ਤਾਰਾਂਗੇ ਨਾ ਕਿ ਉੱਚ ਅਧਿਕਾਰੀ ਕੋਲ ਜਾਵਾਂਗੇ ਨਹੀਂ ਲੰਬੀ ਲਾਈਨ ਵੇਖ ਕੇ ਵਾਪਸ ਜਾਵਾਂਗੇ ਤੇ ਨਾ ਹੀ ਦੂਜਿਆਂ ਨੂੰ ਤੱਕ ਕੇ ਮਾਰ ਕੇ ਅੱਗੇ ਲੰਘ ਜਾਵਾਂਗੇ ਫਲਾਟ ਕੀ ਆਪਾਂ ਵਾਰੀ ਆਉਣ ਤੇ ਹੀ ਬਿੱਲ ਨੂੰ ਤਾਰਾਂਗੇ ਅੱਗੇ ਹੈ ਤੁਹਾਡੇ ਕੋਲ ਮਨਜੀਤ ਨੂੰ ਕਿਸ ਗੱਲ ਦਾ ਕਿਸ ਗੱਲ ਨੇ ਪ੍ਰਭਾਵਿਤ ਕੀਤਾ ਕਿ ਉਹ ਜਿਹੜੇ ਗਾ ਨਹੀਂ ਠੀਕ ਹੈ ਐਦਾਂ ਦੇ ਕੁਸ਼ਨ ਆਣਗੇ ਤੁਹਾਨੂੰ ਬੋਰਡ ਦੇ ਪੇਪਰ ਵਿੱਚ ਠੀਕ ਹੈ ਕਿਰਿਆਵਾਂ ਵਿੱਚ ਕਿਉਂਕਿ ਸਵਾਗਤ ਜਿੰਦਗੀ ਦਾ ਪੇਪਰ ਹੈ ਤੇ ਬੋਰਡ ਨੇ ਤਿਆਰ ਕਰਨਾ ਹੈ ਤਾਂ ਐਦਾਂ ਦੇ ਕੁਸ਼ਨ ਉਹ ਪਾਣਗੇ ਸਿੰਪਲ ਕੁਸ਼ਨ ਨਹੀਂ ਪਾਉਂਦੇ ਛੇਤੀ ਕਿਤੇ ਤਾਂ ਉਹ ਫਿਲਮ ਨੇ ਉਹਨੂੰ ਫਿਲਮ ਉਹਨੇ ਜਿਹੜਾ ਮੰਜੀ ਸੀ ਉਹ ਕਾਦੇ ਵਿੱਚ ਛੋਟਾ ਸੀ ਉਹਦੇ ਮਜ਼ਾਕ ਢਾਉਂਦੇ ਸੀ ਉਹਦੇ ਵਿਦਿਆਰਥੀ ਜਿਹੜੇ ਸਕੂਲ ਵਿੱਚ ਸੀ ਤਾਂ ਉਹ ਕਾਦੇ ਵਿੱਚ ਛੋਟਾ ਸੀ ਜਦੋਂ ਉਸਨੇ ਇੱਕ ਫਿਲਮ ਵੇਖੀ ਤਾਂ ਉਸਦੀ ਜਿਹੜੀ ਕਿ ਜੀਵਨ ਜੀਵਨ ਬਦਲ ਗਿਆ ਠੀਕ ਹੈ ਉਹ ਫਿਲਮ ਨੂੰ ਵੇਖ ਕੇ ਪ੍ਰਭਾਵਿਤ ਹੋ ਗਿਆ ਠੀਕ ਹੈ ਅਮਰਿਤ ਅਮਰਿਤ ਕੀ ਗੁਣ ਗੁਣਗਾਉਂਦਾ ਸਾਈਕਲ ਤੇ ਆ ਰਿਹਾ ਸੀ ਕਰ ਪਲਾ ਹੋ ਪਲਾ ਅੰਤ ਪੜੇਦਾ ਪਲਾ ਠੀਕ ਹੈ ਅੱਗੇ ਹਦੋਂ ਕੋ ਨੋਵਾ ਸੌਰਵ ਜਦ ਸਾਈਕਲ ਤੋਂ ਡਿੱਗ ਗਿਆ ਤਾਂ ਅਮਰਿਤ ਨੇ ਕੀ ਕੀਤਾ ਵਰਦੀ ਝਾੜੀ ਦੇ ਸਾਈਕਲ ਹੋਲੀ ਚਲਾਉਣ ਲਈ ਗਿਆ ਠੀਕ ਹੈ ਆ ਪਿਆਰੇ ਬੱਚਿਓ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜਿਹੜੇ ਬੱਚੇ ਹਾਲੇ ਤੱਕ ਲਾਈਕ ਨਹੀਂ ਕੀਤਾ ਤੇ ਜਿਨ੍ਹਾਂ ਨੇ ਕਰਤਾ ਹੈ ਹੁਣ ਤੱਕ ਲਾਈਕ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਸਾਡੀ ਪੂਰੀ ਟੀਮ ਚੁਰਾਟੀ ਜੀ ਤੋਂ ਲਤਾ ਧੰਨਵਾਦ ਕਰਦੀ ਹੈ ਠੀਕ ਹੈ ਦਸਵਾਂ ਹੈ ਦਿਆਲੂ ਬਿਰਤੀ ਪਾਠ ਤੋਂ ਤੁਹਾਨੂੰ ਸਾਨੂੰ ਕੀ ਸਿੱਖਿਆ ਮਿਲਦੀ ਹੈ ਤੇ ਦੂਜਿਆਂ ਦੀ ਮਦਦ ਕਰਨੀ ਠੀਕ ਹੈ ਅੱਗੇ 11ਵਾਂ ਹੈ ਦੀਪੀ ਫੀਸ ਕਿਉਂ ਨਹੀਂ ਲਈ ਸੀ ਆ ਵੀ ਤੁਹਾਡੇ ਕਿਰਿਆ ਵਿੱਚ ਕੁਛ ਨਾ ਆ ਗਿਆ ਪਾਠ ਦੇ ਵਿੱਚ ਕਿਰਿਆਵਾਂ ਦਿੱਤੀਆਂ ਗਈਆਂ ਨੇ ਦੀਪੀ ਫੀਸ ਕਿਉਂ ਨਹੀਂ ਲਈ ਸੀ ਕਿਉਂਕਿ ਪਿਤਾ ਜੀ ਦਿਹਾੜੀ ਤੇ ਨਹੀਂ ਗਏ ਸਨ ਦੀਪੀ ਦੀ ਫੀਸ ਕਿਸ ਨੇ ਦਿੱਤੀ ਅਧਿਆਪਕ ਨੇ ਦਿੱਤੀ ਬੱਚੋ ਠੀ ਤੇ ਤੇਰਾ ਪ੍ਰਸ਼ਨ ਵੇਖੋ ਬੱਚਿਆਂ ਲਈ ਸਭ ਤੋਂ ਕੀਮਤੀ ਰਿਸ਼ਤਾ ਕਿਹੜਾ ਹੈ ਮਾਪੇ ਦਾ ਹੈ ਇਹ ਆਵੇਗਾ ਵੈਰੀ ਵੈਰੀ ਇੰਪੋਰਟੈਂਟ ਹੈ ਮਨ ਲੱਗ ਰਿਹਾ ਠੀਕ ਹੈ ਤੇ ਬਾਕੀ ਸੀਰੀਜ਼ ਖੇਲਾ ਜਿਹੜਾ ਪੇਪਰ ਤੁਹਾਡਾ ਠੀਕ ਹੈ ਤੇ ਜਿਹੜਾ ਤੁਹਾਡੇ ਇਕਨੋਮਿਕਸ ਦਾ ਉਹਦੇ ਕੋਈ ਵੀ ਟੌਪਿਕ ਲੀਕ ਹੁੰਦੇ ਆ ਤੁਹਾਨੂੰ ਟੈਲੀਗ੍ਰਾਮ ਤੇ ਜਲਦੀ ਤੋਂ ਜਲਦੀ ਮਿਲ ਜਾਣਗੇ ਸਾਡੇ ਟੈਲੀਗ੍ਰਾਮ ਚ ਨੂੰ ਜੁਆਇਨ ਕਰ ਲੈਣਾ ਕਚੂਰਾ टीच ਪੀ ਐਸ ਸੀ ਬੀ ਸਰਚ ਕਰੋ ਜਾ ਕੇ ਤੁਹਾਨੂੰ ਜਲਦੀ ਜਲਦੀ ਜੁਆਇਨ ਹੋ ਜਾਓ ਠੀਕ ਹੈ ਅੱਗੇ ਹੈ ਤੁਹਾਡੇ ਕੋਲ ਜੰਨਤ ਵਾਲੀ ਥਾਂ ਕਿਹੜੀ ਹੈ ਜੰਨਤ ਵਾਲੀ ਥਾਂ ਬੱਚੋ ਮਾਪੇ ਠੀਕ ਹੈ ਕੌਣ ਕਹਿੰਦਾ ਹੈ ਕਿ ਬੱਚਿਆਂ ਤੇ ਮਾਪਿਆਂ ਦੀ ਸ਼ਾਂ ਸਦਾ ਰਹੇ ਕਵੀ ਪ੍ਰਗਟ ਸਿੰਘ ਕਹਿੰਦਾ ਹੈ ਕਿ ਬੱਚਿਆਂ ਦੀ ਜਿਹੜੀ ਮਾਪਿਆਂ ਤੇ ਸ਼ਾਂ ਹਮੇਸ਼ਾ ਸਦਾ ਰਹੀ ਰਹੇ ਕਵੀ ਕਿਸ ਕਿਸ ਦੀ ਸੁੱਖ ਮੰਗਦਾ ਹੈ ਤਾਂ ਪਿਆਰੇ ਬੱਚੇ ਕਵੀ ਬੱਚਿਆਂ ਤੇ ਮਾਪਿਆਂ ਦਾ ਸੁੱਖ ਮੰਗਦਾ ਹੈ 18ਵਾਂ ਹੈ ਛੋਟੇ ਬੱਚਿਆਂ ਨੂੰ ਬਾਤਾਂ ਤੇ ਕਹਾਣੀਆਂ ਕੌਣ ਸੁਣਾਉਂਦਾ ਹੈ ਤਾਂ ਫੁੱਫੜ ਤੇ ਮਾਸੜ ਸੁਣਾਉਂਦੇ ਹਨ ਠੀਕ ਹੈ 1 ਮਿੰਟ ਇਸ ਦਾ ਗਲਤ ਆ ਰਿਹਾ ਮੈਨੂੰ ਲੱਗਦਾ ਦਾਦਾ ਤੇ ਦਾਦੀ ਸੁਣਾਉਂਦੇ ਹਨ ਇਹ ਆਈਡੀ ਆਪਸ਼ਨ ਰਾਈਟ ਆਏਗਾ ਠੀਕ ਹੈ ਅੱਗੇ ਹੈ 19ਵਾਂ ਪ੍ਰਸ਼ਨ ਇਸ ਲਈ ਸਤਿਕਾਰ ਦਾ ਹੋਣਾ ਅਸਲ ਰੋਏ ਜੀਵਨ ਦੀ ਖਬਸੂਰਤ ਦੀ ਚਲਕ ਹੈ। ਅ ਸਮਾਜਿਕ ਨਤਿਆ ਤੇ ਕਦਰ ਕੀਮਤਾਂ ਲਈ ਅਧਿਆਪਕਾਂ ਦੇ ਮਾਪਿਆਂ ਲਈ ਬਜ਼ੁਰਗਾਂ ਤੇ ਬੱਚਿਆਂ ਲਈ ਉਪਰਕਤ ਸਾਰਿਆਂ ਲਈ। ਅ ਉਪਰਕਤ ਸਾਰਿਆਂ ਲਈ ਆ ਜਾਏਗਾ ਠੀਕ ਹੈ ਇਹ ਵੀ ਇੱਥੇ ਗਲਤ ਲੱਗਿਆ ਹੋਇਆ ਹੈ। ਅੱਗੇ ਸਾਨੂੰ ਜ਼ਿੰਮੇਵਾਰ ਨਾਗਰਿਕ ਕੌਣ ਬਣਾਉਂਦਾ ਹੈ ਤਾਂ ਸਾਨੂੰ ਜ਼ਿੰਮੇਵਾਰ ਨਾਗਰਿਕ ਜਿਹੜਾ ਸਕੂਲ ਬਣਾਉਂਦਾ ਹੈ ਠੀਕ ਹੈ ਪਰ ਇਹ ਵਿੱਚੋਂ ਅੱਗੇ ਹੈ ਅਲਮੂਨੀ ਮੀਟ ਕੀ ਹੁੰਦੀ ਹੈ ਅਲਮੂਨੀ ਮੀਟ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਹੁੰਦੀ ਹੈ ਪੁਰਾਣੇ ਵਿਦਿਆਰਥੀਆਂ ਦੀ ਠੀਕ ਹੈ ਇੱਥੇ ਨਵੇਂ ਲਿਖਿਆ ਨਵੇਂ ਨਹੀਂ ਲਿਖ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਹੁੰਦੀ ਹੈ ਠੀਕ ਹੈ ਇਹ ਟੀਮ ਵਿੱਚ ਕਿਸੇ ਬੱਚੇ ਨੇ ਕੀਤਾ ਸਾਲੋ ਤੇ ਮੈਨੂੰ ਲੱਗਦਾ ਉਹ ਮਿਸਟੇਕ ਕੀਤੀਆਂ ਗਈਆਂ ਇਸ ਪੇਪਰ ਵਿੱਚ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਦੱਸ ਦਾਂਗੇ ਅੱਗੇ ਉਹ ਕਿਹੜੀ ਪਵਿੱਤਰ ਜਗ੍ਹਾ ਹੈ ਜਿਹੜੀ ਵਿਦਿਆਰਥੀਆਂ ਦਾ ਪਵਿੱਖ ਤੈਅ ਕਰਦੀ ਹੈ ਤਾਂ ਬੱਚੇ ਸਕੂਲ ਜਿਹੜਾ ਹੈ ਉਹ ਵਿਦਿਆਰਥੀਆਂ ਦਾ ਪਵਿੱਖ ਤੈਅ ਕਰਦਾ ਠੀਕ ਹੈ ਅਲਮਨੀ ਮੀਟ ਵਿੱਚ ਕਿਹੜੀਆਂ ਸ਼ਖਸੀਅਤਾਂ ਆਈਆਂ ਠੀਕ ਹੈ ਡੀਆਈ ਜੀਡੀਐਸ ਹੈ ਆ ਪ੍ਰੋਫੈਸਰ ਮਾਸਟਰ ਦੇ ਡੀਐਸਏ ਸਾਰੇ ਆ ਜਾਣਗੇ ਸਸਾ ਆਪਸ਼ਨ ਠੀਕ ਹੈ ਚੌਵੀਮਾ ਹੈ ਇਸ ਪਾਠ ਦੇ ਅਧਿਆਪਕ ਜੀ ਕਿਸ ਸਕੂਲ ਦੇ ਪੜੇ ਸਨ ਇਸ ਸਕੂਲ ਵਿੱਚ ਠੀਕ ਹੈ ਪੰਜਵਾਂ ਹੈ ਸਕੂਲ ਵਿੱਚ ਆਉਣ ਵਾਲੇ ਸਾਰੇ ਮਹਾਨ ਵਿਅਕਤੀ ਕਿੱਥੋਂ ਪੜ ਕੇ ਮਹਾਨ ਬਣੇ ਸਰਕਾਰੀ ਸਕੂਲਾਂ ਚ ਠੀਕ ਹੈ ਅਗਰ ਸਕੂਲ ਦਾ ਫੰਕਸ਼ਨ ਖਤਮ ਹੋਣ ਤੋਂ ਬਾਅਦ ਸਭ ਨੂੰ ਕੀ ਜ਼ਿਆਦਾ ਆਇਆ ਤਾਂ ਖੋਖੋ ਬਾਟੇ ਗੁੱਲੀ ਡੰਡਾ ਖੇਡਣ ਦੀ ਜ਼ਿਆਦਾ ਆਇਆ ਅੱਗੇ ਹੈ ਪਿਆਰੇ ਬੱਚਿਓ 7ਵਾਂ ਕੁਸ਼ਨ ਪੁਰਾਣੇ ਵਿਦਿਆਰਥੀ ਸਕੂਲ ਨੂੰ ਅਗਲੇ ਸਾਲ ਕਿਸ ਲਈ ਦਾਣ ਦੇਣਗੇ ਤਾਂ ਥਾਈ ਥੀਏਟਰ ਨੂਮਾ ਹਾਲ ਲਈ ਠੀਕ ਹੈ ਅੱਗੇ ਹੈ ਪੁਰਾਣੇ ਵਿਦਿਆਰਥੀ ਅਗਲੇ ਸਾਲ ਕਾਂ ਦੇ ਲਈ ਦਾਣ ਦੇਣਗੇ ਜਿਮ ਲਈ ਠੀਕ ਹੈ ਅੱਗੇ ਹੈ ਤੁਹਾਡੇ ਕੋਲ 29 ਕੁੱਝ ਸ਼ਖਸੀਅਤ ਵਿੱਚ ਕਾਸ ਸਵਿਚ ਕੀ ਸ਼ਾਮਿਲ ਹੁੰਦਾ ਹੈ ਤਾਂ ਬੱਚੇ ਸਮਾਜ ਵਿੱਚ ਸਭਿਆਚਾਰ ਵਿੱਚ ਬੋਦੀ ਕਿ ਵਿਕਿਆ ਸਰੀਰ ਕਿ ਮਾਨਸੀ ਵਿਗਿਆ ਉਪਲੋਕਤ ਸਾਰੇ ਆ ਜਾਏਗਾ ਠੀਕ ਹੈ ਉਸ ਤੋਂ ਬਾਅਦ ਈਵਾਂ ਕੁੱਝ ਨੇ ਤੁਸੀਂ ਆਪਣੇ ਸ਼ਖਸੀਅਤ ਨਿਖਾਰਨ ਲਈ ਕਿਸ-ਕਿਸ ਲਈ ਕੰਮ ਕਰੋਗੇ ਤਾਂ ਸਮਾਜ ਲਈ ਦੇਸ਼ ਲਈ ਤੇ ਪਰਿਵਾਰ ਲਈ ਕੰਮ ਕਰਾਂਗੇ ਉਪਲੋਕਤ ਸਾਰੇ ਆ ਜਾਣਗੇ ਉਸ ਤੋਂ ਬਾਅਦ ਸਕੂਲ ਦੇ ਫੰਕਸ਼ਨ ਪ੍ਰੋਗਰਾਮ ਲਈ ਕਿਸ ਨੂੰ ਵੱਧ ਚੜਕੇ ਤਿਆਰੀ ਕਰਾਉਣੀ ਚਾਹੀਦੀ ਹੈ ਤਾਂ ਵਿਦਿਆਰਥੀਆਂ ਨੂੰ ਠੀਕ ਹੈ ਬੱਚੋ ਸਕੂਲ ਵਿੱਚ ਵਿਦਿਆਰਥੀ ਹੁੰਦੇ ਨੇ ਵਿਦਿਆਰਥੀਆਂ ਨੂੰ ਹੀ ਕਰਾਉਣੀ ਚਾਹੀਦੀ ਹੈ ਸਿੰਪਲ ਜਾਂ ਗੋਸ਼ਣੇ ਅੱਗੇ ਬਤਿਮਾ ਮਨੁੱਖ ਦੀ ਸ਼ਖਸੀਅਤ ਨੂੰ ਬਿਹਤਰ ਬਣਾਉਣ ਲਈ ਸਵਰਨ ਅਤੇ ਵਿਕਸਿਤ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਤਾਂ ਬੱਚਿਓ ਸ਼ਕਤੀਤ ਦਾ ਨਿਖਾਰ ਕਿਹਾ ਜਾਂਦਾ ਹੈ 33 ਨੰਬਰ ਪ੍ਰਸ਼ਨ ਹੈ ਸਕੂਲ ਵਿੱਚ ਕਿਹੜੇ ਸਮਾਗਮ ਕਰਵਾਏ ਜਾਂਦੇ ਹਨ ਸਕੂਲ ਵਿੱਚ ਸਲਾਣਾ ਖੇਡ ਮੇਲਾ ਸਲਾਣਾ ਸਲਾਮਾ ਇਨਾਮ ਵੰਡ ਸਮਾਰੋਹ ਤੇ ਵਿਦਿਆਖਤ ਤੇ ਸਭਿਆਚਾਰ ਮੁਕਾਬਲੇ ਉਪਰਗ ਸਾਰੇ ਆਏਗਾ ਠੀਕ ਹੈ ਆਪਣੇ ਆਪ ਦੀ ਸਹੀ ਤੇ ਸਟੇਜ 'ਤੇ ਕਿਹੜੀ ਹੈ ਸਵੈ ਜਾਗਰੂਕਤਾ ਜਿੰਦਗੀ ਵਿੱਚ ਜੋਇ ਕਿਵੇਂ ਸਿੱਖੀ ਜਾ ਸਕਦੀ ਹੈ ਤਾਂ ਪੜ੍ਹਾਈ ਨਾਲ ਠੀਕ ਹੈ ਉਸ ਤੋਂ ਬਾਅਦ ਤਾਂ ਉਸ ਤੋਂ ਬਾਅਦ 36 ਨੰਬਰ ਪ੍ਰਸ਼ਨ ਹੈ ਪਿਆਰੇ ਬੱਚੇ ਔਖੇ ਪੰਦ ਕਿਵੇਂ ਮੁਕਾਈ ਮੁਕਦੇ ਹਨ ਸੌਂਕੇ ਠੀਕ ਹੈ ਹੌਸਲੇ ਕੌਣ ਟਾਉਂਦੇ ਹਨ ਤਾਂ ਬੱਚੇ ਹੌਸਲੇ ਕਾਇਰ ਜਿਹੜੇ ਮਨੁੱਖ ਹੁੰਦੇ ਨੇ ਉਹ ਢਾਹ ਦਿੰਦੇ ਨੇ ਜੰਗ ਉੱਤੇ ਕਿਸ ਦੀ ਜਿੱਤ ਹੁੰਦੀ ਦਾ ਜੰਗ ਉੱਤੇ ਬੱਚੋ ਮਿਹਨਤੀ ਦੀ ਹੁੰਦੀ ਹੈ ਜਿੱਤ ਤੇ 39ਵਾਂ ਜਮਾਤਾਂ ਵਿੱਚ ਵਿਚਰਦਿਆਂ ਆਪਣੇ ਸਾਥੀਆਂ ਦਾ ਪ੍ਰਭਾਗ ਕਿਵੇਂ ਕਬੂਲਿਆ ਜਾਂਦਾ ਹੈ ਅਚੇਜ਼ ਜਾਂ ਸੰਚੇਤ ਰੂਪ ਵਿੱਚ ਸਹਿਸਮੂਹੀ ਹੁੰਦਾ ਸਹਿਸਮੂਬ ਵਿਚੋਂ ਹਮ ਉਮਰ ਦਾ ਹੁੰਦਾ ਹੈ ਠੀਕ ਹੈ ਮਨਿੰਦਰ ਕਲਾਸ ਵਿੱਚ ਚੁੱਪ ਕੇ ਹੋ ਰਹੇ ਸਨ ਕਿਉਂਕਿ ਜਿਹੜੇ ਉਹ ਦੋਸਤ ਹੀ ਮੁਖਾਲ ਕਰਦੇ ਸੀ ਉਸ ਨੂੰ ਠੀਕ ਹੈ ਮੁਖਾਲ ਤਾਂ ਕਰ ਮਨਿੰਦਰ ਦੇ ਦੋਸਤ ਉਸਨੂੰ ਮੁਖਾਲ ਕਿਉਂ ਕਰਦੇ ਸਨ ਕਿਉਂਕਿ ਉਹ ਗੈਰਹਾਜ਼ਰ ਗੈਰਹਾਜ਼ਰ ਰਹਿੰਦਾ ਸੀ ਤਾ ਇਹਨਾਂ ਨੇ ਤੁਹਾਨੂੰ ਇੱਥੇ ਕਨਫਿਊਜ਼ ਕਰਨ ਲਈ ਦਿੱਤਾ ਹੋਇਆ ਇੱਕ ਕੋਸ਼ਨ ਕਾਦ ਛੋਟਾ ਸੀ ਨਾਇਕ ਸੀ ਮੋਟਰਸਾਈਕਲ ਨਹੀਂ ਸੀ ਠੀਕ ਹੈ ਤਾਂ ਕਾਦ ਛੋਟਾ ਤਾਂ ਮਨਜੀਤ ਦਾ ਸੀ ਹਨਾ ਮਨਜੀਤ ਦਾ ਸੀ ਨਾ ਕਿ ਮਨਜਿੰਦਰ ਦਾ ਤਾਂ ਮਨਜਿੰਦਰ ਇੱਕ ਵਾਰ ਚੈੱਕ ਕਰ ਲੈਣਾ ਫਿਰ ਵੀ ਕਰਿਆ ਤੁਹਾਡੇ ਦਿੱਤੀ ਹੈ ਇਹ ਇਹ ਗੈਰਾਜ ਜਿਹੜਾ ਰਹਿੰਦਾ ਸੀ ਅਸੀਂ ਲਾਇਆ ਹੋਇਆ ਨਵਰੂਪ ਦੇ ਟ੍ਰਾਈਸਾਈਕਲ ਕੌਣ ਰੋਡ ਰੇੜ ਕੇ ਲਿਆਉਂਦਾ ਹੈ ਤਾਂ ਜਮਾਤੀ ਪਸ਼ਪਿੰਦਰ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਯਾਦ ਕਰ ਲਓ ਕਿਰਿਆਵਾਂ ਵਿੱਚੋਂ ਆਇਆ ਕੋਸ਼ਨ ਕੁਸ਼ਵਿੰਦਰ ਜੀ ਅੰਗਰੇਜ਼ੀ ਤਿਕਨੇਤੇ ਵਿੱਚ ਕਿਹੜਾ ਵਿਦਿਆਰਥੀ ਮਦਦ ਕਰਦਾ ਸੀ ਨਵਰੂਪ ਕਰਦਾ ਸੀ ਠੀਕ ਹੈ ਨਵਰੂਪ ਅੱਗੇ ਹੈ ਮਨਿੰਦਰ ਕਿਸ ਦਾ ਪ੍ਰਭਾਵ ਨਾਲ ਸੁਧਰਦਾ ਹੈ ਤਾਂ ਮਨਿੰਦਰ ਜਿਹੜਾ ਉਹ ਸਾਥੀਆਂ ਦੇ ਪ੍ਰਭਾਵ ਦੇ ਨਾਲ ਸੁਧਰ ਜਾਂਦਾ ਹੈ ਮਨਜੀਤ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਤਾਂ ਮਨਜੀਤ ਨੂੰ ਨੌਕਰੀ ਤੋਂ ਅਸਲੀ ਕੱਢਿਆ ਗਿਆ ਕਿ ਪਤਨੀ ਨਾਲ ਲੜਾਈ ਕਰਨ ਕਰਨ ਕਾਰਨ ਠੀਕ ਹੈ ਅੱਗੇ ਹੈ ਭੂਆ ਨੂੰ ਰੋਟੀ ਟੁਕ ਕੌਣ ਦਿੰਦਾ ਰਿਹਾ ਤਾਂ ਛੋਟੀ ਨੂੰ ਦਿੰਦੀ ਰਹੀ ਗੁਰਮੀਤ ਦਾ ਘਰ ਵਿੱਚ ਕੇ ਵੇਚਣ ਦਾ ਕੀ ਕਾਰਨ ਸੀ ਨਸ਼ੇ ਠੀਕ ਹੈ ਨਸ਼ੇ ਵਿੱਚ ਲੱਗ ਗਿਆ ਸੀ ਗੁਰਮੀਤ ਵੇ ਕਿਹਾ ਹੋਇਆ ਕਾਰ ਕਿਸ ਨੇ ਬਚਾਇਆ ਤਾਂ ਮਨਜੀਤ ਦੀ ਪਤਨੀ ਨੇ ਬਚਾਇਆ ਅੱਗੇ ਪੰਜਾਹਮਾ ਪੰਜਾਹਮਾ ਕੋਸ਼ਣ ਮਨਜੀਤ ਨੂੰ ਨਸ਼ਿਆਂ ਦੀ ਦਲਾਲ ਦਲ ਚੋਕਿਸ ਨੇ ਕੱਢਿਆ ਤਾਂ ਸਮਾਜ ਸੇਵੀ ਗੁਰਦਿੱਤ ਸਿੰਘ ਇਹ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਆਸਕ ਦਾ ਪੇਪਰ ਵਿੱਚ ਠੀਕ ਹੈ ਗੁਰਦਿੱਤ ਸਿੰਘ ਨੇ ਅੱਗੇ ਮਨਜੀਤ ਨਸ਼ੇ ਛੱਡ ਕੇ ਕਿਹੜਾ ਕੰਮ ਕਰਨ ਲੱਗ ਪਿਆ ਤਾਂ ਖੇਤੀਬਾੜੀ ਕਰਨ ਲੱਗ ਪਿਆ ਤੁਹਾਡੇ ਮੱਲੇ ਕੋਈ ਨਸ਼ੇੜੀ ਹੋਵੇਗਾ ਤਾਂ ਤੁਸੀਂ ਕੀ ਕਰੋਗੇ ਤਾਂ ਸਾਡੇ ਜਿਹੜੇ ਮੁਹੱਲੇ ਵਿੱਚ ਨਸ਼ੇੜੀ ਹੋਵੇਗਾ ਤਾਂ ਅਸੀਂ ਉਸ ਨੂੰ ਸਮਝਾ ਕੇ ਨਸ਼ਾ ਬੰਦ ਕਰਵਾਵਾਂਗੇ ਉਸ ਦਾ ਕਰਨ ਲਈ ਕਹਾਂਗੇ ਉਹਨੂੰ ਅੱਗੇ ਹੈ ਮਰਜੀਦ ਮਨ ਦੀ ਬਾਜੀ ਕਿਵੇਂ ਜਿੱਤ ਗਿਆ ਮਰਜੀਦ ਨੇ ਨਸ਼ਾ ਛੱਡ ਕੇ ਮਨ ਦੀ ਬਾਜੀ ਜਿੱਤ ਗਿਆ ਨਸ਼ਾ ਛੱਡਾਉਣ ਲਈ ਮਰਜੀਦ ਨੂੰ ਕਿੱਥੇ ਦਾਖਲ ਦਾਖਲ ਕਰਵਾਇਆ ਗਿਆ ਤਾਂ ਨਸ਼ਾ ਛੱਡਾਉਣ ਲਈ ਉਹਨੂੰ ਨਸ਼ਾ ਰੋਕੋ દવાખાਨੇ ਵਿੱਚ ਦਾਖਲ ਕਰਾਇਆ ਗਿਆ ਸੀ ਪੁਆ ਦਾ ਕਾਰ ਕਿਸ ਨੇ ਵੇਚ ਦਿੱਤਾ ਤਾ ਪੁੱਤਰ ਨੇ ਵੇਚਤਾ ਠੀਕ ਹੈ ਅੱਗੇ ਪਿਆਰੇ ਬੱਚੋ ਮਿਲਾਨ ਜੀ ਨੇ ਸਟਾਰਟ ਹੋ ਰਿਹਾ ਹੈ ਅਸੀਂ ਮਿਲਾਨ ਜੀ ਕੀ ਕਰਤਾ ਹੈ ਮਿਲਾਨ ਜੀ ਦੇ ਨਾਲ ਸਾਹਮਣੇ ਵਾਲਾ ਉਸ ਦਾ ਆਨਸਰ ਹੋਏਗਾ ਠੀਕ ਹੈ ਐਦਾਂ ਹੀ ਸਾਹਮਣੇ ਵਾਲਾ ਆਨਸਰ ਹੋਏਗਾ ਠੀਕ ਹੈ ਤਾਂ ਇਹ ਪਿਆਰੇ ਬੱਚੋ ਅਸੀਂ ਤੁਹਾਨੂੰ ਰੀਡ ਕਰਕੇ ਨਹੀਂ ਦੱਸਾਂਗੇ ਕਿਉਂਕਿ ਫਿਲਹਾਲ ਕੀ 22 ਮਿੰਟ ਦਾ ਵੀਡੀਓ ਪਹਿਲੇ ਹੀ ਬਣ ਚੁੱਕਿਆ ਹੈ ਠੀਕ ਹੈ ਤੁਹਾਨੂੰ ਸਕਰੀਨ ਦੇ ਉੱਪਰ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸੋਹਣੇ ਤਰੀਕੇ ਨਾਲ ਵੀਡੀਓ ਪੀਡੀਐਫ ਐਡਿਟ ਹੋਈ ਹੋਈ ਦਿਖ ਰਹੀ ਹੋਵੇਗੀ ਸੇਮ ਸਾਹਮਣੇ ਸਾਹਮਣੇ ਇਹਨਾਂ ਨੂੰ ਰੀਡ ਕਰ ਦਾ ਪਿਆਰੇ ਬੱਚੋ ਪਹਿਲਾਂ ਤੁਸੀਂ ਆ ਦੋ ਦੋ ਲੈਸਨਾਂ ਦੇ ਵੇਖੋ ਮਿਲਾਨ ਇੱਕ ਪਹਿਲੇ ਲੈਸਨ ਦੇ ਮਿਲਾਨ ਜੀ ਨੇ ਵੇਖੋ ਧਿਆਨ ਨਾਲ ਤਾਂ ਪਿਆਰੇ ਬੱਚੋ ਮੈਨੂੰ ਉਮੀਦ ਹੈ ਤੁਸੀਂ ਵੇਖ ਲਏ ਹੋਣੇ ਦੋ ਲੈਸਨਾਂ ਦੇ ਅੱਗੇ ਤੁਸੀਂ ਵੇਖੋ ਆ ਜਿਹੜੇ ਠੀਕ ਹੈ ਲਗਭਗ 8 ਤੋਂ 15 ਤੋਂ 20 ਹੋਣਗੇ ਮਲਾਂਚਿੰ ਠੀਕ ਹੈ 15 ਤੋਂ 20 ਹੋਣਗੇ ਤੇ ਇੱਕ ਵਾਰੀ ਪੜ ਲਓਗੇ ਸਿੰਪਲ ਜਿਹਾ ਸਕੂਲ ਪਿੱਤਰ ਜਗਾ ਹੈ ਘਰ ਤੋਂ ਬਾਅਦ ਸਕੂਲ ਉਹ ਸਥਾਨ ਜਿੱਥੇ ਬਚਪਨ ਦਾ ਸਮਾਂ ਗੁਜ਼ਰਦਾ ਹੈ ਕੁਝ ਕੁਝ ਮੇਨ ਵੀ ਹੈਗੇ ਆ ਠੀਕ ਹੈ ਸਾਰੇ ਸਿੰਪਲ ਨਹੀਂ ਹੈਗੇ ਕੁਝ ਮੇਨ ਵੀ ਹੈਗੇ ਜਿਹੜੇ ਕਿ ਤੁਹਾਨੂੰ ਕਨਫਿਊਜ਼ ਕਰਨਗੇ ਸ਼ਖਸੀਅਤ ਸ਼ਖਸੀਅਤ ਤੋਂ ਪ੍ਰਗਟ ਹੁੰਦੀ ਹੈ ਠੀਕ ਹੈ ਐਦਾਂ ਮਤਲਬ ਕਿ ਤੇ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਇੱਕ ਵਾਰ ਪੜ੍ਹ ਲੈਣਾ ਪੜਨ ਨਾਲ ਹੀ ਤੁਹਾਨੂੰ ਯਾਦ ਹੋ ਜਾਏਗਾ ਸਵਾਗ ਜਿੰਦਗੀ ਦਾ ਪੇਪਰ ਇੱਕੋ ਜਿਹਾ ਦਾ ਔਖਾ ਨਹੀਂ ਆ ਤਾਂ ਇੱਕ ਵਾਰ ਪੜ੍ਹ ਲੈਣਾ ਜ਼ਰੂਰ ਇਹਨਾਂ ਨੂੰ ਪੜ੍ਹਨਾ ਠੀਕ ਹੈ ਕਿਉਂਕਿ ਪੜ੍ਹਨਾ ਵੈਰੀ ਵੈਰੀ ਇੰਪੋਰਟੈਂਟ ਹੈ ਇਹਨਾਂ ਨੂੰ ਲਰਨ ਜੀਨ ਨੂੰ ਤੇ ਤਾਂ ਹੀ ਤੁਹਾਡਾ ਏ ਗ੍ਰੇਡ ਮਿਲੇਗਾ ਤੁਹਾਨੂੰ ਇਹ ਮੇਕਰ ਤੁਸੀਂ ਸੀ ਲੈਣਾ ਚਾਹੁੰਦੇ ਤਾਂ ਵੀਡੀਓ ਨੂੰ ਸਕਿਪ ਕਰ ਸਕਦੇ ਹੋ ਇਹ ਵਿੱਚੋਂ ਇਹ ਲੈਣਾ ਤਾਂ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਵਾਚ ਕਰਨਾ ਬਸ ਹੁਣ ਤੁਹਾਡੀ ਖਾਲੀ ਥਾਵਾਂ ਰਹਿ ਗਈਆਂ ਆ ਖਾਲੀ ਥਾਵਾਂ ਤੁਹਾਨੂੰ ਥੋੜਾ ਜਿਹਾ ਆਣਾ ਬਲਰ ਜਿਹਾ ਇਸਲੇ ਹੋਣ ਗਿਆ ਬਾਕੀ ਫਿਰ ਵੀ ਤੁ ਦਾ ਹੀ ਕਮਾਲ ਹੈ ਦਾ ਸਹਿਣਸ਼ੀਲਤਾ ਦਾ ਗੁਣ ਕਮਾਲ ਹੈ ਜਿੰਨਾ ਸਬਰ ਸੰਤੋਖ ਸਹਿਜ ਅਦਸਿਆਣਪ ਨਾਲ ਵਿਚਾਰੋਗੇ ਉਨਾ ਹੀ ਵਧੇਰੇ ਡੈਸ਼ ਹੋਵੋਗੇ ਬੱਚਿਓ ਉਨਾ ਸਹਿਣਸ਼ੀਲ ਹੋਵੋਗੇ ਤੀਜੀ ਖਾਲੀ ਥਾਂ ਵਿੱਚ ਡੈਸ਼ ਨਾਲ ਉਸਨੇ ਪੀਸੀਐਸ ਦੇ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਲਿਆ ਬੱਚਿਓ ਉਸਨੇ ਮਿਹਨਤ ਨਾਲ ਕਰ ਲਿਆ ਅੱਗੇ ਜਿਆਲੂ ਬੇਰਤੀ ਵਾਲਾ ਇਨਸਾਨ ਮਨੋ ਸਰੀਰ ਅਤੇ ਸਮਾਜ ਸੱਭਿਆਚਾਰ ਤੌਰ ਤੇ ਡੈਸ਼ ਹੋਣਾ ਸਿੱਖ ਲੈਂਦਾ ਹੈ ਤਾਂ ਖੁਸ਼ਹਾਲ ਜੀਵਨ ਜੀਣਾ ਸਿੱਖ ਲੈਂਦਾ ਹੈ ਅੱਗੇ ਤੁਹਾਡੇ ਕੋ ਖਾਲੀ ਥਾਂ ਵਿੱਚ ਦੂਜਿਆਂ ਦੇ ਕੰਮ ਆਉਣ ਨਾਲ ਡੈਸ਼ ਮਿਲਦੀ ਮਿਲਦੀਆਂ ਹਨ ਤਾਂ ਅਸੀਸਾਂ ਮਿਲਦੀਆਂ ਹਨ ਪਿਆਰੇ ਬੱਚਿਓ ਅੱਗੇ ਆਪਾਂ ਕਰਾਂਗੇ ਖਾਲੀ ਥਾਵਾਂ ਕਰ ਪਲਾ ਹੋ ਪਲਾ ਅੰਤ ਡੈਸ਼ ਦਾ ਪਲਾ ਤਾਂ ਪਲੇ ਦਾ ਪਲਾ ਅੱਗੇ ਖਾਲੀ ਥਾਂ ਮੈਂ ਦੂਜੀ ਡੈਸ਼ ਬਣ ਕੇ ਲੋੜਵੰਦ ਸਾਥੀਆਂ ਦੀ ਮਦਦ ਕਰੋ ਤਾਂ ਦਿਆਲੂ ਬਣ ਕੇ ਬੱਚਿਓ ਲੋੜਵੰਦੀ ਮਦਦ ਕਰੋ ਅੱਗੇ ਹੈ ਦਿਆਲੂ ਬਿਰਤੀ ਵਾਲਾ ਕਿੰਨਾ ਡੈਸ਼ ਦਿੰਦਾ ਹੈ ਸਕੂਨ ਦਿੰਦਾ ਹੈ ਮਾਪੇ ਡੈਸ਼ ਵਿੱਚ ਨਰੋਏ ਤੇ ਡੈਸ਼ ਸਮਾਜ ਦੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਬੱਚਿਓ ਮਾਪੇ ਪਿਆਰ ਵਿੱਚ ਨਰੋਏ ਅਤੇ ਆਦਰ ਸਮਾਜ ਦੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਬੱਚਿਆਂ ਦਾ ਡੈਸ਼ ਹੀ ਮਾਪਿਆਂ ਨੂੰ ਦੁੱਖ ਤਕਲੀਫ ਵਿੱਚ ਸਾਂਭਣ ਅਤੇ ਬੁਢਾਪੇ ਵਿੱਚ ਉਹਨਾਂ ਦੇ ਆ ਸੇਵਾ ਕਰਨ ਦਾ ਡੈਸ਼ ਬਖਸ਼ਦਾ ਹੈ ਤਵਜੋ ਬੱਚਿਆਂ ਦਾ ਬੁੱਧੀ ਇਹ ਬੁੱਧੀ ਹੀ ਮਾਪਿਆਂ ਨੂੰ ਦੁੱਖ ਤਕਲੀਫ ਵਿੱਚ ਸਾਂਭਣ ਅਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਸੇਵਾ ਦਾ ਬਲ ਬਖਸ਼ਦਾ ਜਦੋਂ ਪੜ ਜਾਂਦੇ ਆ ਅੱਗੇ ਕਰਾਂਗੇ ਆਪਾਂ ਕੋਸ਼ਣ 61 ਬੱਚੋ ਇਸ ਵਾਲੇ ਦਾ ਆਣਾ ਸੀ ਆ ਕੁਝ ਤੁਹਾਡੀ ਖਾਲੀ ਥਾਂ ਮੈਂ ਬੱਚਿਆਂ ਦਾ ਡੈਸ਼ ਮਾਪਿਆਂ ਨੂੰ ਦੁੱਖ ਦੁੱਖ ਤਕਲੀਫ ਵਿੱਚ ਸਾਂਭਣਾ ਤੇ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨ ਦਾ ਡੈਸ਼ ਬਕਸ ਦਾ ਹੈ ਇਸ ਵਿੱਚ ਪਹਿਲਾ ਪਹਿਲੀ ਖਾਲੀ ਥਾਂ ਵਿੱਚ ਆਵੇਗਾ ਪੜਨਾ ਬੱਚਿਆਂ ਦਾ ਪੜਨਾ ਠੀਕ ਹੈ ਉਹਨਾਂ ਨੂੰ ਜਿਹੜਾ ਦੁੱਖ ਤਕਲੀਫ ਵਿੱਚ ਬੁਢਾਪੇ ਵਿੱਚ ਉਹਨਾਂ ਦਾ ਬਲ ਆਵੇਗਾ ਠੀਕ ਹੈ ਬਲ ਬਖਸ਼ਦਾ ਹੈ ਪਹਿਲੀ ਖਾਲੀ ਥਾਂ ਤੇ ਪੜਨਾ ਤੇ ਦੂਜੀ ਤੇ ਆਵੇਗਾ ਬਲ ਠੀਕ ਹੈ ਪਿਆਰੇ ਬੱਚੋ ਅੱਗੇ ਹੈ ਪਾਪਾ ਦੀ ਚੜਕਾ ਵਿੱਚ ਡਾਂਟਾ ਵਿੱਚ ਡੈਸ਼ ਨਜ਼ਰ ਆਉਂਦੀ ਹੈ ਤੇ ਪਿਆਰ ਨਜ਼ਰ ਆਉਂਦਾ ਹੈ ਸਕੂਲ ਬੱਚੇ ਨੂੰ ਜ਼ਿੰਮੇਵਾਰ ਸ਼ਖਸ ਬਣਾਉਣ ਲਈ ਉਹਸ ਦੀ ਡੈਸ਼ ਨੂੰ ਕਰਦਾ ਤੇ ਦਰਖਸ਼ਦਾ ਤੇ ਨਿਰਖਾਰਦਾ ਹੈ ਸ਼ਖਸੀਅਤ ਨੂੰ ਠੀਕ ਹੈ ਬੱਚਿਆਂ ਨੂੰ ਜ਼ਿੰਦਗੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਡੈਸ਼ ਦਾ ਬੜਾ ਹੀ ਵੱਡਾ ਯੋਗਦਾਨ ਹੁੰਦਾ ਹੈ ਤਾਂ ਬੱਚੇ ਸਕੂਲ ਦਾ ਅਲਮਨੀ ਮੀਟ ਡੈਸ਼ ਵਿਦਿਆਰਥੀਆਂ ਨੂੰ ਮਿਲਣੀ ਹੁੰਦੀ ਹੈ ਤਾਂ ਬੱਚੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਣੀ ਹੁੰਦੀ ਹੈ ਅਲਮਨੀ ਮੀਟ ਠੀਕ ਹੈ ਸਕੂਲ ਹੀ ਸਾਡਾ ਦੂਜਾ ਡੈਸ਼ ਡੈਸ਼ ਹੈ ਡੈਸ਼ ਇੱਕ ਘਰ ਠੀਕ ਹੈ ਸਮਾਜ ਵਿੱਚ ਵਿਚਰਨ ਤੋਂ ਹੀ ਵਿਅਕਤੀ ਦੀ ਡੈਸ਼ ਪ੍ਰਗਟ ਹੁੰਦੀ ਹੈ ਸ਼ਖਸੀਅਤ ਪ੍ਰਗਟ ਹੁੰਦੀ ਹੈ ਵਿਦਿਆਰਥੀਆਂ ਨੇ ਸ਼ਖਸੀਅਤ ਉਸਾਰੀ ਪਾਠ ਰਾਹੀਂ ਕਿਹੜੇ ਨਵੇਂ ਡੈਸ਼ ਸਿੱਖੇ ਗੁਣ ਸਿੱਖੇ ਠੀਕ ਹੈ ਗੁਣ ਸਿੱਖੇ ਵਿਦਿਆਰਥੀ ਆਪਣੀ ਡੈਸ਼ ਗੁਣਾ ਡੈਸ਼ ਦੇ ਗੁਣਾ ਨੂੰ ਸਮਝ ਕੇ ਸਮਝ ਕੇ ਉਸ ਨੂੰ ਨਿਖਾਰਨ ਦਰਸ਼ਨ ਯੋਗ ਯਤਨ ਸ਼ਿਲਕ ਰੱਖੇਗਾ ਸ਼ਖਸੀਅਤ ਨੂੰ ਠੀਕ ਹੈ ਸਵੈ ਜਾਗਰੂਤਾ ਆਪਣੇ ਅੰਦਰ ਝਾਤ ਮਾਰ ਸਕਣ ਦੀ ਡੈਸ਼ ਹੈ ਚੇਤਨਾ ਹੈ ਡੈਸ਼ ਆਪਣੇ ਆਪ ਦੀ ਸਹੀ ਅਤੇ ਸੱਚੀ ਪਰਖ ਹੈ ਸਵੈ ਜਾਗਰੂਕਤਾ ਮਨਿੰਦਰ ਮੁੰਡਿਆ ਦੇ ਮਗਰ ਲੱਗ ਕੇ ਮਾਪਿਆਂ ਨੂੰ ਡੈਸ਼ ਕਰ ਰਿਹਾ ਹੈ ਕਰ ਰਿਆ ਸੀ ਪਰੇਸ਼ਾਨ ਕਰ ਰਿਆ ਸੀ ਵਿਦਿਆਰਥੀਆਂ ਨੇ ਆਪ ਆਪਣੇ ਸਮੂਹ ਵਿੱਚ ਡੈਸ਼ ਕਰਨਾ ਡੈਸ਼ ਕਰਨਾ ਹੈ ਆਤਮ ਚੇਤਨਨ ਕਰਨਾ ਹੈ ਠੀਕ ਹੈ ਵਿਦਿਆਰਥੀਆਂ ਨੇ ਆਪਣੇ ਹਾਂ ਆਪੋ ਆਪਣੇ ਸਮੂਹ ਵਿੱਚ ਡੈਸ਼ ਕਰਨਾ ਇਹ ਹੋ ਗਿਆ ਸਵੇਰ ਸਵੇਰ ਦਾ ਭੁਲਿਆ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਡੈਸ਼ ਕਹਿੰਦੇ ਨੇ ਤੇ ਜਿਹੜਾ ਬੱਚੋ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ ਠੀਕ ਹੈ ਉਸ ਨੂੰ ਗਮਾਚਾ ਕਹਿੰਦੇ ਆ ਠੀਕ ਹੈ ਆ ਕਪੁੱਤ ਵੀ ਤੇਰਾ ਡੈਸ਼ ਬਣ ਗਿਆ ਤਾਂ ਬੱਚਾ ਸੁਪੁੱਤ ਬਣ ਗਿਆ ਇਹ ਕੁਛ ਨਾ ਸਕਦਾ ਆ ਕਪੁੱਤ ਵੀ ਤੇਰਾ ਡੈਸ਼ ਬਣ ਗਿਆ ਤਾਂ ਬੱਚਾ ਕੀ ਬਣ ਗਿਆ ਸੁਪੁੱਤ ਬਣ ਗਿਆ ਇਹ ਥੋੜਾ ਜਿਹੜਾ ਨਸ਼ਿਆਂ ਵਾਲਾ ਪਾਠ ਹੈ ਉਸ ਵਿੱਚ ਜਿਹੜਾ ਬੱਚਾ ਉਹ ਜਿਹੜਾ ਆਪਣਾ ਮਨਜੀਤ ਗੁਰਮੀਤ ਹੁੰਦਾ ਉਹ ਨਸ਼ਿਆਂ ਵਿੱਚ ਸਾਰੀ ਪ੍ਰਾਪਰਟੀ ਜਿਹੜੀ ਵੇਚ ਦਿੰਦਾ ਹੈ ਤਾਂ ਅਖੀਰ ਵਿੱਚ ਜਿਹੜਾ ਕਿ ਉਹ ਸੁਧਰ ਜਾਂਦਾ ਜਦੋਂ ਉਹਨੂੰ ਨਸ਼ਿਆਂ ਵਾਲੇ ਕੇਂਦਰ ਵਿੱਚ ਪਾਇਆ ਜਾਂਦਾ ਤਾਂ ਜਦੋਂ ਸੁਧਰ ਜਾਂਦਾ ਤਾਂ ਉਸ ਦੀ ਜਿਹੜੀ ਘਰ ਦੀ ਕਹਿੰਦੀ ਹੈ ਆ ਦੀ ਮਾਂ ਨੂੰ ਕਿ ਇਹ ਜਿਹੜਾ ਕਪੁੱਤ ਸੀ ਹੁਣ ਇਹ ਸੁਪੁੱਤ ਬਣ ਗਿਆ ਹੈ ਫਲਾਰ ਕੀ ਅੱਗੇ ਦੇਖਨੇ ਆ ਸ਼ਰਾਬੀ ਅਤੇ ਆਦੀ ਦੋਸਤਾਂ ਨੇ ਆਪਣੇ ਦੋਸਤ ਦੇ ਡੈਸ਼ ਬਣਾ ਦਿੱਤਾ ਨਸ਼ੇੜੀ ਬਣਾ ਦਿੱਤਾ ਇੱਕ ਤਰ੍ਹਾਂ ਦੇ ਨਸ਼ਿਆਂ ਦੀ ਬੁਰਾਈ ਬਾਰੇ ਪਰਿਵਾਰ ਦੀ ਡੈਸ਼ ਦਾ ਕਾਰਨ ਬਣਦੀ ਹੈ ਦੂਰਦਸ਼ਾ ਦਾ ਠੀਕ ਹੈ ਦੂਰਦਸ਼ਾ ਦਾ ਕਾਰਨ ਬਣਦੀ ਹੈ ਤਰੀਕਾ ਹੈ ਇੰਦਰ ਜੀ ਤਾ ਵੀਰਨੋਂ ਅੰਤ ਤੱਕ ਇਹ ਵਾਚ ਕਰਨ ਲਈ ਵੀਰਨੋਂ ਜਿਨ੍ਹਾਂ ਬਚ ਨੇ ਅੰਤ ਤੱਕ ਵਾਚ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਤੁਹਾਡੇ ਜਿਹੜੇ ਪੇਪਰ ਰਹਿ ਗਏ ਇਕਨੋਮਿਕਸ ਤੇ ਫਿਜ਼ੀਕਲ ਕੰਪਿਊਟਰ ਸਾਇੰਸ ਬਹੁਤ ਹੀ ਜਲਦ ਇਸੇ ਚੈਨਲ ਤੇ ਮਿਲ ਜਾਣਗੇ ਈਵੀਐਸ ਦੀ ਵੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਾਵਾਂਗਾ ਮੈਂ ਠੀਕ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰਨੋਂ ਲਾਈਕ ਜੁੜ ਕਰ ਦੇਣਾ ਤਾਂ ਮਿਲਾਂਗੇ ਆਪਾਂ ਤੁਹਾਡੇ ਨਵੇਂ ਪੇਪਰ ਵਿੱਚ ਉਦੋਂ ਤੱਕ ਲਈ ਬਾਈ ਬਾਈ ਟੇਕ ਕੇਅਰ ਜੈ ਹਿੰਦ ਵੰਦੇ ਮਾਤਰਮ